देख मन्ना दा बेबे तेन पऊगा जेड़ा कुछ तक करे चाहे मेनू कुछ ही करना पेगी। चुपाल चाय बना ले कुटे। अच्छा चाह मैं बनावा ना ड्यूटी तेरी बेबे जाऊगी रोटियां पका के हटिया हूं मैं काली काली मैं ड्यूटी तो लेट हो जानी हूं रोटी पता मैं किवें ला के रखी है हूं तुसी चाह भी नहीं बना के पी सकते दोने मां पुत्त। अच्छा कोई गल नहीं बना लांगे कोई ना तू पाले वर्दी छेती। आहो नाले मैंने छड़ के आना होगा अड्डे तक। हां छड़े हम कोई ना पाले वर्दी छेती पौनिया मैं पहली लेट हां के चाह बना दे। आ जा हुन किधर भाग गया लेट करामेगा। आ गया आ गया चौकी का वावा दूर पैंदी है होर हुण 7-8 किलोमीटर पै जांदी है फिर तैयो इन्ना टाइम लग गया मैं भी महा आया नहीं बस लेट आई हुण बस तां आई हो नहीं गाहां गया फिर होर की करदा और फिर जाना तो पैंदा ही पुत्तर छड़नी तो पैनी थी तेनू होर गाहां गया छड़न चौंकी च उत्थे एक चोर नू फड़ रख्या सीगा इहने तां मां दी धी ने चक्की डांग मंड गई उहनू। अच्छा होर चीकां कढ़ातियां उहदियां तां विचारे दियां मेरा तां आप दिल जकमण लग गया उहदियां चीकां सुण के हाए लै दस जमीन ही तरस आउंदा इहनू तां ना इहनू नहीं आउंदा उहनू बिठाई बैठे थी चोर जे नू जांदा नू इह कहिंदी इहनू कौण फड़ के लिआ ਕਹਿੰਦੇ ਇਹਨੇ ਮੋਬਾਈਲ ਚੋਰੀ ਕਰੇ ਨੇ ਕਿਸੇ ਦੁਕਾਨ ਤੋਂ ਇਹ ਮੰਨਦਾ ਨਹੀਂ ਉਹਨਾਂ ਨੂੰ ਕਹਿੰਦੇ ਤੁਹਾਨੂੰ ਮਨਾਉਣੀ ਨਹੀਂ ਆਉਂਦਾ ਲਾਗੀ ਇਹ ਤਾਂ ਗਿੱਟੇ ਤੋਂ ਛਾਂਗਣ ਉਹਨੂੰ ਉਹਦੀਆਂ ਤਾਂ ਲੇਰਾਂ ਨਿਕਲ ਗਈਆਂ ਮਿੰਟਾਂ 'ਚ ਹੀ ਬੋਲ ਪਿਆ ਕਹਿੰਦਾ ਮੈਂ ਦੱਸ ਦਿੰਦਾ ਕਿੱਥੇ ਹੈ ਮੋਬਾਈਲ। ਅੱਛਾ ਲੈ ਦੱਸ ਮੈਂ ਵੀ ਬਾਲਿਆਂ ਤੋਂ ਸੁਣਿਆ ਕਹਿੰਦੇ ਤਾਂ ਬਾਲ ਹੀ ਭੈੜੀ ਕਟਾਈ ਕਰਦੀ ਅਗਲੇ ਦੀ ਹੋਰ ਇਹਦੇ ਨਾਲ ਦੀਆਂ ਸਾਰੀਆਂ ਕੁੜੀਆਂ ਦੱਸਦੀਆਂ ਤੀ ਮੁਲਾਜ਼ਮ ਨੇ ਜਿਹੜੀਆਂ ਕਹਿੰਦੇ ਭਾਜੀ ਤੁਸੀਂ ਇਹਨੂੰ ਸਮਝਾਇਆ ਕਰੋ ਇਹ ਗਰਮੀ ਤੋਂ ਕੰਮ ਲੈਂਦੀ ਹੈ ਵੀ ਬਾਲਾ ਕੁੱਟਦੀ ਹੈ ਇਹ ਮੈਂ ਕੀ ਸਮਝਾਵਾਂ ਇਹਨੂੰ। ਉਹੀ ਤਾਂ ਗੱਲ ਹੈ ਵੀ ਅਸੀਂ ਕੀ ਸਮਝਾਈਏ ਹੋਰ ਵੀ ਮੁਲਾਜ਼ਮ ਹੈਗੇ ਨੇ ਇਹਨੂੰ ਆਪ ਹੀ ਚਾਹੀਦਾ ਵੀ ਇੰਨੀ ਕੁੱਟ ਮਾਰਨਾ ਅਗਲੇ ਦੀ ਕਰਿਆ ਕਰੇ। ਉਹੀ ਤਾਂ ਗੱਲ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਪੁੱਤ ਵੀ ਤੇਰੇ ਘਰ ਵਾਲੀ ਪੁਲਿਸ ਵਾਲੀ ਹੋਊਗੀ। ਮੈਂ ਕਿਹੜਾ ਸੋਚਿਆ ਸੀ ਬੇਬੇ ਮੈਂ ਵੀ ਨਹੀਂ ਸੋਚਿਆ ਸੀਗਾ ਇਹ ਤਾਂ ਪੋਸਟਾਂ ਟਰਾਈ ਕਰਦੀ ਰਹਿੰਦੀ ਦੀਗੀ ਨੌਕਰੀ ਮਿਲ ਗਈ ਚੱਲ ਇਹਨੂੰ ਊ ਆਏ ਆ ਬੇਬੇ ਟੌਰ ਤਾਂ ਬਣ ਗਈ ਖੈਰ ਆਪਣੀ ਅਗਲਾ ਮੈਨੂੰ ਕਹਿੰਦਾ ਵੀ ਇਹ ਤਾਂ ਹੌਲਦਾਰਨੀ ਦੇ ਘਰ ਵਾਲਾ ਹੈ ਹੈਨਾ ਤੈਨੂੰ ਵੀ ਅਗਲਾ ਕਹਿੰਦਾ ਹੀ ਹੈ ਇਹ ਗੱਲ ਤਾਂ ਹੈਗੀ ਪੁੱਤ ਹੋਰ ਇਹ ਗੱਲ ਤਾਂ ਹੈਗੀ ਹੈ ਟੌਰ ਤਾਂ ਬਣ ਗਈ ਹੋਰ ਹੈਗੀ ਐ ਤਾਂ ਆ ਗਿਆ ਫੇਰ ਡੱਕ ਕੇ ਤੂੰ ਨਾ ਬੰਦਾ ਬਣੀ ਕਦੇ ਬੰਦਾ ਨਾ ਬਣ ਜੀ ਕਦੇ ਤੂੰ ਕਿਉਂ ਬੰਦੇ ਨੂੰ ਕੀ ਐ ਸਾਲੀਏ ਬੰਦੇ ਹੀ ਆ ਮੈਂ ਮੇਰੀ ਗੱਲ ਸੁਣ ਲੈ ਬਾਰੀ ਜੀ ਜਿਹੜਾ ਕੱਪੜਾ ਵਿਛਾਇਆ ਹੋਇਆ ਸੀ ਉਹਦੇ ਥੱਲੇ ਮੈਂ 500 ਰੁਪਿਆ ਰੱਖਿਆ ਸੀ ਤੂੰ ਲੈ ਗਿਆ ਕੱਢ ਕੇ ਮੈਂ ਤਾਂ ਕੋਈ ਨਹੀਂ ਲੈ ਗਿਆ ਕੱਢ ਕੇ ਤੂੰ ਰਹਿਣ ਦੇ ਚਾਰ ਨਾ ਮੈਨੂੰ ਤੂੰ ਸੌ ਖਾ ਪਰਮਾਤਮਾ ਦੀ ਵੀ ਤੂੰ ਨਹੀਂ ਕੱਢੇ ਕਿਉਂ ਮੈਂ ਕਿਉਂ ਸੌ ਖਾਵਾਂ ਪਰਮਾਤਮਾ ਦੀ ਜਦੋਂ ਮੈਂ ਕਹੀ ਇਹਨਾਂ ਮੈਂ ਨਹੀਂ ਕੱਢੇ ਕੱਢੇ ਤਾਂ ਤੂੰ ਕਿਉਂ ਨਹੀਂ ਮੈਨੂੰ ਸਾਰਾ ਪਤਾ ਹੈ ਆ ਦਾਰੂ ਉਸੇ ਦੀ ਡੱਪ ਕੇ ਆਇਆ ਤੂੰ ਆਹ ਉਹਨਾਂ ਪੈਸਿਆਂ ਦੀ ਪੀ ਕੇ ਆਇਆ ਕਿਉਂ ਮੇਰੇ ਲੋ ਆਪਦੇ ਸੀਗੇ ਮੈਂ ਉਹਨਾਂ ਦੀ ਪੀਤੀ ਹੈ ਆਹੋ ਪੀਤੀ ਹੈ ਤਾਂ ਆਪਦੇ ਪੈਸਿਆਂ ਦੀ ਆ ਘੰਟਾ ਪਹਿਲਾਂ ਤਾਂ ਤੇਰੇ ਕੋਲ ਪੈਸੇ ਹੈ ਨਹੀਂ ਸੀ ਉਦੋਂ ਤਾਂ ਤੂੰ ਮੇਰੇ ਤੋਂ ਮੰਗਦਾ ਸੀ ਕਹਿੰਦਾ ਸੀ ਮੈਂ ਹੋਰ ਵਧੀਆ ਲੈ ਕੇ ਆਉਣਾ ਤੇਰੇ ਕੋਲ ਦੜਕੀ ਪੈਸੇ ਕਿੱਥੋਂ ਆ ਗਏ ਮਾਰਦਾ ਗੱਲਾਂ ਮਖੌਲ ਹੀ ਬਣਾ ਰੱਖਿਆ ਤੈਂ ਹੈ ਤੀਜੇ ਚੌਥੇ ਦਿਨ ਤੂੰ ਮੇਰੇ ਪੈਸੇ ਲੈ ਜਾਣਾ ਕੱਢ ਕੇ ਮੈਂ ਲੋਕਾਂ ਦੇ ਕੱਪੜੇ ਸਿਉਂ ਸਿਉਂ ਪੈਸੇ ਇਕੱਠੇ ਕਰਦੀ ਆ ਮੇਰੀ ਗੱਲ ਸੁਣ ਲੈ ਮੇਰੇ ਤੇ ਐਵੇਂ ਇਲਜ਼ਾਮ ਲਾਈ ਜਾਂਦੀ ਐ ਮੈਂ ਥਾਪੜਾ ਮਾਰਨਾ ਤੇਰੇ ਮੂੰਹ ਤੇ ਮੈਂ ਤੈਨੂੰ ਦੱਸਦਾ ਜਦੋਂ ਮੈਂ ਤੇਰੇ ਕੋਈ ਨਹੀਂ ਪੈਸੇ ਪੂਜੋ ਚੱਕੇ ਚੱਕੇ ਤਾਂ ਤੂੰ ਹੀ ਨੇ ਮੈਨੂੰ ਸਭ ਪਤਾ ਹੈ ਜੇ ਤੂੰ ਤੱਤੇ ਦਵੇ ਤਾਂ ਵੀ ਬਹਿ ਜੇ ਨਾ ਮੈਂ ਤੇਰੇ ਤੇ ਤਾਂ ਵੀ ਯਕੀਨ ਨਾ ਕਰਾਂ ਨਾ ਹੋਰ ਭੂਤ ਲੈਗੀ ਪੈਸੇ ਕੱਢ ਕੇ ਮੇਰੇ ਪੈਸੇ ਤੂੰ ਹੀ ਚੱਕੇ ਨੇ ਹੋਰ ਕਿੱਧਰ ਭਾਗੇ ਲੈ ਮੇਰੇ ਸਾਲੀ ਮੈਨੂੰ ਗੁੱਸਾ ਚੜਾਈ ਜਾਂਦੀ ਮੈਂ ਚਪੇੜਾ ਮਰ ਮੂੰਹ ਤੇ ਤੇਰੇ
ਆਈ ਕਿਵੇਂ ਜਪੇੜਾ ਮਾਰੇਗਾ? ਇੱਕ ਤਾਂ ਤੂੰ ਪੈਸੇ ਕੱਢ ਕੇ ਲੈ ਗਿਆ ਮੇਰੇ, ਉੱਤੋਂ ਤੂੰ ਰੋਬ ਮਾਰਦਾ। ਤੈਨੂੰ ਪਤਾ ਮੈਂ ਲੋਕਾਂ ਦੇ ਕੱਪੜੇ ਸਿਉਂ-ਸਿਉਂ ਕਿਵੇਂ 500 ਰੁਪਏ ਕਮਾਇਆ ਸੀ? ਮਾਰੂੰਗਾ ਮੈਂ, ਮੈਨੂੰ ਮਾਰਨਾ ਆਉਂਦਾ? ਮਾਰ ਕੇ ਦਿਖਾ ਫਿਰ, ਐਤਕੀ ਚੁੱਪ ਮੈਂ ਵੀ ਨਹੀਂ ਰਹਿੰਦੀ। ਨਾ ਤੂੰ ਕਰ ਕੀ ਲਵੇਂਗੀ ਫਿਰ? ਦੱਸਾਂ ਬਈ ਤੈਨੂੰ, ਫਿਰ ਮੈਂ ਖੜ ਜਾ ਖੜ। ਤੂੰ ਮੈਂ ਕਿਹੜਾ ਕੋਣ ਮੇਰੇ ਨਾਲ ਪੰਗੇ ਰਹਿੰਦੀ ਹੈ, ਮੂਹਰੇ ਬੋਲਦੀ ਹੈ। ਮੈਂ ਵੀ ਨਹੀਂ ਚੁੱਪ ਰਹਿੰਦੀ ਐਤਕੀ, ਮੈਂ ਵੀ ਸੁਖਪਾਲ ਹੌਰਦਾਰਨੀ ਕੋਲੇ ਜਾਂਦੀ ਆ। ਮੈਂ ਤੇਰੇ ਦਾ ਪਰਚਾ ਕਰਾ ਕੇ ਹਟੂ ਐਤਕੀ। ਬਾਜ ਜਾ ਮੈਂ ਕੀ ਡਾਨੇਦਾਰਨ ਤੋਂ ਡਰਦਾ? ਮਖੌਲ ਬਣਾ ਛੱਡਿਆ। ਮਰਜ਼ੀ ਕੋਲ ਬਾਜ ਜਾ, ਬਾਗ ਜਾ ਕਿਸੇ ਮਰਜ਼ੀ ਕੋਲ ਬਾਗ ਜਾ, ਜੱਟ ਡਰਦਾ ਡਰਦਾ ਨਹੀਂ। ਕੋਈ ਨਾ ਕੋਈ ਨਾ, ਕੱਢੂ ਤੇਰਾ ਬਹਿਮ ਇਹ ਵੀ। ਮੈਂ ਤਾਂ ਆਪ ਡਰ ਗਿਆ ਸੀਗਾ ਜਦੋਂ ਤੂੰ ਉਹਨੂੰ ਇੰਨਾ ਕੁੱਟਣ ਲੱਗ ਗਈ। ਬੈ ਦੱਸ ਇਹ ਚ ਡਰਨ ਵਾਲੀ ਕਿਹੜੀ ਗਲਤੀ? ਉਹਦੇ ਪੈਂਦੀਆਂ ਦੀ, ਤੇਰੇ ਤਾਂ ਨਹੀਂ ਪੈਂਦੀਆਂ ਦੀ। ਉਹ ਤਾਂ ਗੱਲ ਠੀਕ ਹੈ, ਪਰ ਮੇਰਾ ਤਾਂ ਦਿਲ ਜਾ ਕੰਬਣ ਲੱਗ ਗਿਆ ਉਹਦੀਆਂ ਚੀਕਾਂ ਸੁਣ ਕੇ। ਨਾ ਪੁੱਤ, ਕੁੱਟਿਆ ਨਾ ਕਰ ਵਿਚਾਰਿਆਂ ਨੂੰ। ਪਤਾ ਨਹੀਂ ਬੰਦਾ ਕਿਹੜੀ ਮਜਬੂਰੀ ਚ ਆਇਆ ਹੋਇਆ ਗਲਤ ਕੰਮ ਕਰਦਾ। ਲੈ ਬੇਬੇ, ਤੂੰ ਤਾਂ ਕਮਾਲ ਕਰਦੀ ਐ, ਤੂੰ ਤਾਂ ਚੋਰ ਚੱਕਿਆਂ ਨੂੰ ਸ਼ਹਿ ਦਿੰਦੀ ਐ। ਇਹ ਬਖਸ਼ ਨਾ ਹੁੰਦੇ ਨੇ ਕਿਤੇ? ਇੱਕ ਦੁਕਾਨ ਚ ਉਹਨੇ 14 ਮੋਬਾਈਲ ਚੋਰੀ ਕਰੇ ਤੇ ਮੈਂ ਉਹਨੂੰ ਬਖਸ਼ ਦਿੰਦੀ ਅਜੇ? ਨਾ ਨਾ, ਬਖਸ਼ਣ ਵਾਲੀ ਗੱਲ ਨਹੀਂ ਕਹਿੰਦੀ ਪੁੱਤ, ਮੈਂ ਤਾਂ ਕੁੱਟਣ ਦੀ ਗੱਲ ਕਰਦੀ ਆ। ਲੈ ਕਮਾਲ ਕਰੀ ਜਾਨੀ ਬੇਬੇ ਤੂੰ, ਇਹੀ ਜਿਹਨੂੰ ਕੁੱਟਣਾ ਵੀ ਨਹੀਂ ਹੈਗਾ। ਤੂੰ ਤਾਂ ਬੇਬੇ ਐਂ ਕਰਨ ਲੱਗ ਗਈ ਜਿਵੇਂ ਤੈਨੂੰ ਚੋਰਾਂ ਨਾਲ ਹਮਦਰਦੀ ਹੁੰਦੀ ਹੈ। ਅੱਗੇ ਕੁੱਟਿਆ ਨਾ ਕਰ ਵਿਚਾਰਿਆਂ ਨੂੰ, ਨਾ ਚੋਰ ਵਿਚਾਰੇ ਹੁੰਦੇ ਨੇ। ਨਾ ਨਾ ਪੁੱਤ, ਮੈਂ ਇਕੱਲੇ ਚੋਰਾਂ ਦੀ ਗੱਲ ਨਹੀਂ ਕਰਦੀ, ਮੈਂ ਤਾਂ ਸਾਰਿਆਂ ਦੀ ਗੱਲ ਕਰਦੀ ਹਾਂ। ਬੇਬੇ ਆਹ ਬਿੰਦਰ ਸ਼ਰਾਬੀ ਦੇ ਘਰ ਵਾਲੀ ਕਿੱਧਰ ਹੁੰਦੀ? ਹਾਂ ਥਾਪਾ ਚੱਕ ਲੈਂਦੀ ਕੱਪੜੇ ਧੋਣ ਵਾਲਾ, ਲੱਤੀ ਲੱਤਾਂ ਕੁੱਟਣੀਆਂ ਤੇ ਉਹਦੀਆਂ ਤੋੜ ਕੇ ਛੱਡਦੀ। ਮੇਰੇ ਚ ਇੰਨੀ ਹਿੰਮਤ ਕਿੱਥੇ ਪੈਣੇ? ਬਾਲਾ ਭੈੜਾ ਉਹ ਤਾਂ। ਕੋਈ ਗੱਲ ਨੀ, ਭੈੜਾ ਪਾਣਾ ਤਾਂ ਮੈਂ ਦੂਰ ਕਰਦੀ ਆ। ਐਂ ਕਰੋ ਤੁਸੀਂ, ਦਰਖਾਸਤ ਵਾਲਾ ਪੇਜ ਲਿਆਓ ਜਾ ਕੇ, ਮੈਂ ਦਰਖਾਸਤ ਲਿਖਦੀ ਹਾਂ ਜੀ। ਤੁਸੀਂ ਬੈਠੋ, ਬਹਿ ਜਾ ਭੈਣੇ, ਕੋਈ ਨਾ, ਤਾਂ ਡਰਨ ਦੀ ਕੋਈ ਲੋੜ ਨਹੀਂ, ਲੋਟ ਹੋ ਕੇ ਬਹਿ ਜਾ, ਕੋਈ ਗੱਲ ਨਹੀਂ। ਆ ਤਾਂ ਬਹੁਤ ਮਾੜੀ ਗੱਲ ਹੈ ਉਹਦੀ ਕੁੱਟਣ ਵਾਲੀ ਤਾਂ ਪੁੱਤ। ਪੁੱਛਣਾ ਤਾਈ, ਤੀਜੇ ਚੌਥੇ ਦਿਨ ਆਈ ਕਰਦਾ, ਪੈਸੇ ਕੱਢ ਕੇ ਲੈ ਜਾਂਦਾ, ਉੱਤੋਂ ਕੁੱਟਦਾ ਕਿ ਮੈਨੂੰ ਪੀ ਕੇ ਆ ਜਾਂਦਾ ਡੱਪ ਕੇ। ਕੀ ਕਰੇ ਲੈ, ਬਾਲੀ ਔਖੀ ਹੈ ਤੂੰ। ਤਾਹੀਂ ਤਾਂ ਕਹਿੰਦੇ ਕੋਈ ਯੂ ਨਾ ਜਨਾਨੀ ਦੀ। ਕੋਈ ਨਾ ਭੈਣੇ, ਲਿਖਦੀ ਹੈ ਤੇਰੀ ਦਰਖਾਸਤ। ਲੈ ਹੁਣ ਮੈਨੂੰ ਦੱਸੀ ਜਾ ਸਾਰੀ ਗੱਲਬਾਤ। ਆਈ ਨੀ ਤੇਰੀ ਹੌਲਦਾਰਨੀ, ਲੈ ਕੇ ਆਉਣਾ ਸੀ ਉਹਨੂੰ। ਕੋਈ ਗੱਲ ਨੀ, ਕੋਈ ਗੱਲ ਨੀ, ਆ ਜਾਂਦੀ ਆ ਉਹ ਵੀ। ਆ ਜੇ ਫਿਰ, ਆ ਜੇ, ਮੈਨੂੰ ਕੀ ਡਰ ਮਾਰਿਆ ਉਹਦਾ? ਕੀ ਗੱਲ, ਕਿਉਂ ਤੰਗ ਕਰਦਾ ਤੈਨੂੰ? ਭਾਬੀ ਤੈਨੂੰ ਸਾਡੇ ਮਸਲੇ 'ਚ ਦਖਲ ਦੇਣ ਦੀ ਲੋੜ ਨੀ, ਸਾਡੇ ਘਰ ਦਾ ਮਸਲਾ ਇਹ। ਮੇਰੀ ਗੱਲ ਸੁਣ ਲੈ, ਤੇਰੇ ਤੇ ਆਈ ਹੈ ਦਰਖਾਸਤ, ਹੁਣ ਪੁਲਿਸ ਦੀ ਵਰਦੀ ਤੇਰੇ ਸਾਹਮਣੇ ਖੜੀ ਆ, ਮੈਂ ਤੇਰੀ ਭਾਬੀ ਨਹੀਂ ਹੈਗੀ। ਹੁਣ ਸਮਝ ਗਿਆ ਨਾ ਇਹ ਗੱਲ ਤੂੰ? ਨਾ ਤੂੰ ਐਂ ਦੱਸ, ਇਹ ਤੰਗ ਕਿਉਂ ਕਰਦਾ ਵਿਚਾਰੇ ਨੂੰ? ਇਹ ਲੋਕਾਂ ਦੇ ਕੱਪੜੇ ਸਿਉਂ ਸਿਉਂ ਗੁਜ਼ਾਰਾ ਕਰਦੀ ਹੈ ਘਰ ਦਾ, ਕੋਈ ਮਾੜੀ ਗੱਲ ਹੈ? ਤੂੰ ਪੈਸੇ ਚੱਕ ਕੇ ਪਾਰ ਜਾਨੇ। ਸਾਡੇ ਪੈਸੇ ਮੈਂ ਚੱਕਾਂ ਨਾ ਚੱਕਾਂ, ਤੂੰ ਇਸ ਤੋਂ ਕੀ ਲੈਣਾ? ਖੜ ਜਾਵੇ ਤੂੰ, ਮੇਰੇ ਮੂੰਹ ਤੱਕ ਦਰਖਾਸਤ ਆਈ ਆਈ। ਉਹ ਭਾਬੀ ਇਹ ਨੰਬਰ ਬਸ, ਉਹ ਨਵਾਂ ਨੰਬਰ ਵੀ ਕੁੱਤਿਆ ਕਿਸੇ ਥਾਂ ਦਿਆ। ਮੈਂ ਤਾਂ ਕਹਿੰਦਾ ਗਵਾਂਢੀ ਆ, ਗਵਾਂਢੀ ਆ, ਕੀ ਕਹਿਣਾ ਕੀ ਕਹਿਣਾ? ਤੂੰ ਸਿਰੇ ਸਿਰ ਚੜੀ ਜਾਨੇ, ਇਹਦੇ ਵਿਚਾਰੇ ਦੀ ਜ਼ਿੰਦਗੀ ਬਰਬਾਦ ਕਰੀ ਪਈ ਤੇ। ਹਾਂ ਹੁਣ ਦੱਸ ਪੰਮੀ, ਤੇਰੇ ਕਿੰਨੇ ਪੈਸੇ ਚੋਰੀ ਕਰੇ ਨੇ? 500 ਰੁਪਇਆ ਸੀ ਭੈਣੇ, 500 ਰੁਪਇਆ ਚੱਕ ਕੇ ਲੈ ਗਿਆ ਮੇਰਾ। ਨਮਾਰੀ 'ਚ ਨਾ ਕੱਪੜਾ ਜਿਹਾ ਵਿਛਾਇਆ ਹੋਇਆ ਸੀ, ਉਹਦੇ ਥੱਲੇ ਰੱਖੇ ਸੀ। 500 ਰੁਪਇਆ ਸੀ, ਮੈਂ ਕਿਹਾ ਚੱਲ 500 ਰੁਪਇਆ ਹੋਰ ਜੋੜ ਕੇ ਸਿਲੰਡਰ ਮੁੱਕਣ ਵਾਲਾ ਸੀ, ਮੈਂ ਕਿਹਾ ਉਹ ਭਰਾ ਲੂੰਗੀ, ਚੱਲ ਇਹ ਪਹਿਲੀ ਚੱਕ ਕੇ ਲੈ ਗਿਆ। ਇਹਨੂੰ ਤਾਂ ਭਰਾ ਲਿਆ ਸਿਲੰਡਰ ਆਪਦਾ। ਹਾਂ ਦੱਸ ਵੇ, ਕਿਉਂ ਚੱਕਿਆ ਦੀ 500 ਰੁਪਇਆ? ਨਾ ਭਾਬੀ, ਇਹ ਤਾਂ ਮੇਰੇ ਤੇ ਇਲਜ਼ਾਮ ਲਾਉਂਦੀ ਹੈ, ਮੈਂ ਕੋਈ ਨਹੀਂ ਚੱਕਿਆ 500 ਰੁਪਇਆ। ਕੋਈ ਇਲਜ਼ਾਮ ਨਹੀਂ ਲਾਉਂਦੀ ਭੈਣੇ, ਇਸੇ ਨੇ ਚੱਕੇ ਨੇ, ਝੂਠ ਬੋਲਦਾ। ਦੱਸ ਵੇ ਕਿੱਥੇ ਚੱਕੇ ਨੇ, ਚੱਕੇ ਨੇ ਕਿ ਨਹੀਂ ਚੱਕੇ ਨੇ? ਨਾ ਨਾ ਭਾਬੀ, ਮੈਂ ਸੱਚ ਬੋਲਦਾ, ਮੈਂ ਨਹੀਂ ਚੱਕੇ ਹੈਗੇ, ਮੈਨੂੰ ਤਾਂ ਪਤਾ ਵੀ ਨਹੀਂ ਕਿੱਥੇ ਪਏ ਸੀਗੇ। ਨਾ ਮੈਂ ਤੈਨੂੰ ਕਹੀ ਜਾਨੇ ਤਾਂ ਚੱਕੇ ਨੇ ਪੈਸੇ, 2-2 ਸੌ ਦੇ ਨੋਟ ਤੇ 100 ਦਾ ਨੋਟ ਤੀ। ਮੇਰੀ ਗੱਲ ਸੁਣ ਲੈ ਭਾਬੀ, ਪਹਿਲੀ ਗੱਲ ਤਾਂ ਖੁੱਲੇ ਪੈਸੇ ਨਹੀਂ ਸੀ, ਉਹ ਤਾਂ ਬੱਚਾ ਨੋਟ ਸੀ 500 ਦਾ। ਕਿਉਂ ਹੁਣ ਮੰਨ ਗਿਆ ਨਾ? ਨਾਲੇ ਤਾਂ ਕਹਿੰਦੇ ਮੈਂ ਚੱਕੇ ਨਹੀਂ ਹੈਗੇ, ਨਾਲੇ ਕਹਿੰਦੇ 500 ਨੋਟ ਵੱਜਾ ਚੱਕਿਆ। ਹੁਣ ਦੱਸ ਤੇ ਚੱਕੇ ਨੇ ਕਿ ਨਹੀਂ ਚੱਕੇ ਨੇ, ਕਿ ਡਾਂਗਾ ਸ਼ੁਰੂ ਕਰਾਂ ਤੇਰੇ ਭਰਾਉਣੀਆਂ? ਨਾ ਨਾ ਭਾਬੀ, ਗਲਤੀ ਹੋ ਗਈ, ਚੱਕੇ ਤਾਂ ਮੈਂ ਹੈਗੇ ਸੀਗੇ, ਉਹ ਤਾਂ ਮੈਂ ਸ਼ਰਾਬ ਪੀ ਗਿਆ। ਮੇਰੀ ਗੱਲ ਸੁਣ ਲੈ, ਜੇ ਅੱਜ ਤੋਂ ਬਾਅਦ ਤਾਂ ਪੈਸੇ ਚੱਕੇ ਨੇ, ਜਾ ਜਾ ਸ਼ਰਾਬ ਜੀ ਪੀਣਾ, ਜੇ ਨਾ ਛੱਡੀ ਤੇਰਾ ਚੌਂਕੀ ਚਲ ਜਾ ਕੇ ਨਾ ਉਹ ਹਾਲ ਕਰੂੰਗੀ, ਸੁਪਨੇ 'ਚ ਉੱਠ ਉੱਠ ਕੇ ਵੀ ਚੀਕਾਂ ਮਾਰਿਆ ਕਰੇਗਾ, ਠੀਕ ਹੈ? ਜੇ ਤੈਨੂੰ ਕੋਈ ਭੁਲੇਖਾ ਹੈ ਮੇਰੇ ਬਾਰੇ 'ਚ
ਤਾਂ ਚੌਂਕੀ ਜਾ ਕੇ ਪਤਾ ਕਰ ਲੈ ਵੀ ਮੇਰਾ ਕੀ ਹਿਸਾਬ ਕਿਤਾਬ ਹੈ। ਗਲਤੀ ਹੋ ਗਈ ਭਾਬੀ, ਅੱਜ ਤੋਂ ਬਾਅਦ ਨਹੀਂ ਮੈਂ ਚੱਕਦਾ ਇਹਦੇ ਪੈਸੇ। ਨਾਲੇ ਭੈਣੇ ਇਹਨੂੰ ਸਮਝਾ ਦੇ, ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰੂਗਾ, ਡੱਕਾ ਨਹੀਂ ਤੋੜਦਾ। ਸਗੋਂ ਜਿਹੜਾ ਕੋਈ ਠੇਕਾ ਹਿੱਸਾ ਵੀ ਆਉਂਦਾ ਮਾੜਾ ਮੋਟਾ, ਉਹ ਵੀ ਫੜ ਲਿਆਉਂਦਾ। ਮੇਰੀ ਗੱਲ ਸੁਣ ਲੈ ਵੇ, ਐਤਕੀ ਜ਼ਮੀਨ ਠੇਕੇ ਤੇ ਨਹੀਂ ਦੇਣੀ ਤੂੰ, ਬੰਦੇ ਦਾ ਪੁੱਤ ਬਣ ਕੇ ਆਪੇ ਖੇਤੀ ਕਰਨੀ ਹੈ ਨਾਲੇ। ਠੀਕ ਹੈ ਭਾਬੀ, ਠੀਕ ਹੈ। ਮੇਰੀ ਗੱਲ ਸੁਣ ਲੈ ਪੰਮੀ, ਜੇ ਸ਼ਰਾਬ ਪੀ ਕੇ ਆ ਗਿਆ ਤਾਂ ਵੀ ਮੈਨੂੰ ਦੱਸ ਦੀ, ਜੇ ਸ਼ਰਾਬ ਦਾ ਡੱਕੇ ਕਰੇ ਵੜਿਆ ਤੇ ਜੇ ਨਾ ਇਹਨੇ ਵਾਹੀ ਕਰੀ ਐਤਕੀ ਤਾਂ ਵੀ ਮੈਨੂੰ ਦੱਸ ਦੀ, ਜੇ ਠੇਕੇ ਤੇ ਜ਼ਮੀਨ ਦੇਤੀ ਤਾਂ ਮੈਂ ਜਾਣਾ ਮੇਰਾ ਕੰਮ ਜਾਣੇ। ਬਸ ਠੀਕ ਹੈ ਭੈਣੇ, ਇਹਨੂੰ ਇਹ ਗੱਲ ਕਹਿ ਦੇ ਵੀ ਸਿੱਧਾ ਹੋ ਕੇ ਵਾਹੀ ਕਰੇ। ਕੋਈ ਗੱਲ ਨਹੀਂ, ਤੂੰ ਬੇਫਿਕਰ ਹੋ ਜਾ, ਜੇ ਵਾਹੀ ਨਾ ਕਰੂਗਾ ਤੂੰ ਮੈਨੂੰ ਦੱਸ ਦੀ, ਜਦੋਂ ਇਹ ਚੌਂਕੀ ਚਲ ਜਾ ਕੇ ਘੋਟਾ ਲਾਇਆ ਇਹ ਤਾਂ ਭੱਜ ਭੱਜ ਕੇ ਕਰੂਗਾ ਵਾਹੀ। ਕੋਈ ਗੱਲ ਨਹੀਂ, ਜਿਹੜੀ ਤੇ ਦਰਖਾਸਤ ਦਿੱਤੀ ਹੈ ਉਹਨੂੰ ਮੈਂ ਹਜੇ ਪੈਂਡਗੀ ਰੱਖੂੰਗੀ, ਰਾਜ਼ੀਨਾਮਾ ਨਹੀਂ ਲਿਖਦੀ ਉਹਦੇ ਤੇ। ਜਦੋਂ ਇਹ ਬੰਦੇ ਦਾ ਪੁੱਤ ਬਣ ਗਿਆ ਫਿਰ ਉਹ ਤੇ ਰਾਜ਼ੀਨਾਮਾ ਲਿਖਾਂਗੇ ਆਪਾਂ। ਚੰਗਾ ਭੈਣ, ਠੀਕ ਹੈ ਮੈਂ ਚੱਲੀ। ਚਾਹ ਬਣਾ ਲੈਂਦੇ ਭੈਣ। ਨਾ ਭੈਣ, ਉਧਰ ਵੀ ਤੇਰੀ ਹੋ, ਕੋਈ ਗੱਲ ਨਹੀਂ। ਤੂੰ ਨਾ ਮੇਰੇ ਡਾਂਗਾ ਪਵਾ ਕੇ ਚੰਗਾ ਕੰਮ ਨਹੀਂ ਕਰਿਆ ਪੰਮੀ। ਉਦੋਂ ਤਾਂ ਬੜਾ ਬੁੜਕਦਾ ਸੀ, ਫਿਰ ਬੋਲਿਆ ਨਹੀਂ ਉਹਦੇ ਸਾਹਮਣੇ। ਕੋਈ ਨਾ, ਮੈਂ ਲਾਂਬਾ ਦੇ ਕੇ ਆਉਂਗਾ ਜੱਸੇ ਨੂੰ, ਨਾਲੇ ਉਹਦੀ ਮਾਂ ਨੂੰ ਵੀ। ਸਾਡੇ ਘਰ 'ਚ ਕਿਉਂ ਦਖਲਅੰਦਾਜ਼ੀ ਕਰਦੀ ਹੈ ਇਹ? ਕੋਈ ਗੱਲ ਨਹੀਂ, ਦੇ ਆਈ, ਉਹ ਵੀ ਅਗਲੇ ਮਾਂ ਪੁੱਤ ਲਵੇ ਬੈਠੇ ਸੀ ਜਦੋਂ ਮੈਂ ਦਰਖਾਸਤ ਲਿਖਾਈ ਹੈ ਇਹਨੂੰ, ਸਮਝ ਗਿਆ? ਕੋਈ ਨਾ ਕੋਈ ਨਾ, ਬੈਠੇ ਹੁਣ ਜਾਊਂ ਕੋਈ ਨਾ, ਹੱਥ ਨੇ ਜਿਵੇਂ ਵੀ। ਬਾਗ ਜੀ ਬਾਗ ਜੀ, ਆਪਣੀ ਮੋਟਰ ਪ੍ਰਗਟ ਕਿਆ ਨੇ ਸੱਦੀ ਤੀ? ਹਾਂ ਰਮ ਗਈ ਉਹਨਾਂ ਦੀ ਤਾਂ ਬੇਬੇ, ਰਮ ਗਈ। ਹਾਂ ਦੋ ਦਿਨਾਂ 'ਚ ਰਮ ਗਈ ਤੀ, ਤਾਂ ਖੜੀ ਹੈ। ਬੇਬੇ ਬਿੰਦਰ ਤੁਰਿਆ ਆਉਂਦਾ, ਇਹ ਕਿਵੇਂ ਆਉਂਦਾ? ਦੇਖ ਲਾ ਤਾਈ, ਦੇਖ ਲਾ ਜੱਸੇ ਬਾਈ, ਮੈਂ ਤਾਂ ਲਾਂਬਾ ਦੇਣਾ ਤੁਹਾਨੂੰ। ਕਿਉਂ, ਕੀ ਹੋ ਗਿਆ? ਮੇਰੀ ਗੱਲ ਸੁਣਾ ਜੱਸੇ ਬਾਈ, ਭਾਬੀ ਦਾ ਮਤਲਬ ਨਹੀਂ ਬਣਦਾ ਸੀਗਾ ਸਾਡੇ ਘਰ 'ਚ ਦਖਲਅੰਦਾਜ਼ੀ ਕਰਨ ਦਾ, ਉਹ ਮੇਰੇ ਘਰੇ ਆ ਕੇ ਨਜਾਇਜ਼ ਡਾਂਗਾ ਮਾਰ ਕੇ ਆਈ ਹੈ। ਮੈਂ ਤਾਂ ਕੇਸ ਕਰਨ ਲੱਗਿਆ ਉਹਦੇ ਤੇ ਕਚਹਿਰੀਆਂ 'ਚ, ਕਾਨੂੰਨ ਮੈਨੂੰ ਵੀ ਆਉਂਦੇ ਨੇ। ਤੇਰੇ ਘਰ ਵਾਲੀ ਪੁੱਤ, ਉਹਦੇ ਕੋਲੇ ਤੇਰੇ ਤੇ ਦਰਖਾਸਤ ਲਿਖਿਆ ਕੇ ਗਈ ਹੈ। ਐਂ ਕਿਵੇਂ ਉਹਨੇ ਦਰਖਾਸਤ ਲਿਖ ਲਈ? ਓਹੋ, ਦਰਖਾਸਤ ਲਿਖਣੀ ਤੀ ਫਿਰ? ਕਮਲਿਆ ਤੂੰ ਗੱਲ ਤਾਂ ਸੁਣ ਮੇਰੀ, ਆਪਣੇ ਪਿੰਡ ਨੂੰ ਜਿਹੜੀ ਚੌਂਕੀ ਲੱਗਦੀ ਹੈ ਹੁਣ ਉੱਥੇ ਸੁਖਪਾਲ ਹੌਲਦਾਰ ਹੈ, ਜੇ ਤੇਰੇ ਘਰ ਵਾਲੀ ਉੱਥੇ ਜਾ ਕੇ ਚੌਂਕੀ 'ਚ ਦਰਖਾਸਤ ਲਿਖਾਉਂਦੀ ਫਿਰ ਵੀ ਇਹਦੇ ਹੱਥੀ ਆਉਣੀ ਤੀ। ਹੈਂ, ਤੂੰ ਐਂ ਤਾਂ ਦੇਖ, ਲਿਖਣੀ ਤਾਂ ਇਸੇ ਨੇ ਤੀ, ਕਾਰਵਾਈ ਤਾਂ ਇਸੇ ਨੇ ਕਰਨੀ ਤੀ ਫਿਰ। ਦੇਖ, ਐਵੇਂ ਜ਼ਿਆਦਾ ਬੋਲਣ ਦੀ ਲੋੜ ਨਹੀਂ ਬਿੰਦਰਾ, ਮੈਂ ਤਾਂ ਇਹੀ ਕਹਿਣਾ ਵੀ ਰਲ ਮਿਲ ਕੇ ਰਿਹਾ ਕਰੋ, ਠੀਕ ਹੈ ਨਾ? ਉਹ ਤਾਂ ਕੋਈ ਗੱਲ ਨਹੀਂ, ਬਾਅਦ 'ਚ ਦੇਖਾਂਗੇ, ਪਹਿਲਾਂ ਮੈਂ ਤੇਰੇ ਘਰ ਵਾਲੇ 'ਤੇ ਕੇਸ ਕਰਕੇ ਆਉਣਾ ਕਚਹਿਰੀਆਂ 'ਚ। ਅੱਛਾ ਅੱਛਾ, ਇਹਦਾ ਮਤਲਬ ਤੇਰੇ 'ਤੇ ਕੋਈ ਅਸਰ ਹੋਇਆ ਨਹੀਂ ਹਜੇ, ਤੂੰ ਮੇਰੇ 'ਤੇ ਕੇਸ ਕਰੇਗਾ ਹੈਂ? ਚੱਲ ਤੂੰ ਕੇਸ ਹੀ ਕਰ ਲੈ। ਓਏ ਟਲ ਜਾ ਕੰਜਰਾ, ਟਲ ਜਾ, ਤੇਰੇ ਨੂੰ ਡਹਿ ਨਾ ਪਵੇ। ਮੈਨੂੰ ਲੱਗਦਾ ਇਹ ਤਲੀਆਂ 'ਚੋਂ ਸੇਕ ਵੀ ਕੱਢਣੀ ਪਊਗਾ। ਨਾ ਪੁੱਤ, ਰਹਿਣ ਦੇ, ਗਮਾਂਡ ਮੱਥਾ ਆਪਣਾ। ਆਹ ਹੈਗਾ ਗਮਾਂਡ ਮੱਥਾ, ਇਹਨੂੰ ਇਹ ਨਹੀਂ ਪਤਾ ਵੀ ਮੈਂ ਸੁਖਪਾਲ ਹੌਲਦਾਰ ਨੇ ਮੱਥਾ ਲਾਇਆ। ਚੰਗਾ ਰਿਹਾ ਹੁਣ, ਚੰਗਾ ਰਿਹਾ ਗਿਆ ਸੀ ਉਹਨਾਂ ਦੇ ਘਰੇ ਧਮਕੀ ਦੇਣ, ਤੈਨੂੰ ਮੈਨੂੰ ਲੱਗਦਾ ਉਹਦੇ ਬਾਰੇ ਪਤਾ ਹੀ ਨਹੀਂ ਸੀ ਹਜੇ ਇਸ ਮਾਰ ਕੇ। ਹਾਏ, ਨਾ ਪਤਾ ਨਹੀਂ ਸੀ, ਪਤਾ ਨਹੀਂ ਸੀ ਮੈਨੂੰ, ਮੇਰੇ ਤਾਂ ਕੁੱਟ ਕੁੱਟ ਤਲੀਆਂ, ਇਹ ਬੁਰਾ ਹਾਲ ਕਰਤਾ ਮੇਰਾ, ਮੈਨੂੰ ਕੀ ਪਤਾ ਸੀ ਉਹ ਐਡੀ ਭੈੜੀ ਹੈ। ਤੂੰ ਫਿਰ ਕਿਉਂ ਪੰਗਾ ਲਿਆ ਉਹਨਾਂ ਦੇ ਘਰੇ ਜਾ ਕੇ? ਮੈਂ ਮਸਾਂ ਮਿੰਤਾਂ ਤਰਲੇ ਕਰਕੇ ਛੜਾ ਕੇ ਲਿਆਈ ਹਾਂ, ਅਖੇ 'ਚ ਮੈਂ ਤਾਂ ਲਾਂਬਾ ਦੇ ਕੇ ਆਉਣਾ। ਉਹ ਮੇਰੇ ਤਾਂ ਸਾਰੇ ਲਾਂਬੇ ਲੈ ਗਏ, ਮੈਨੂੰ ਕੀ ਪਤਾ ਸੀ ਮੇਰੇ ਨਾਲ ਐਂ ਕਰੂ ਉਹ, ਉਹ ਤਾਂ ਬਾਹਲੀ ਭੈੜੀ 'ਚ ਪੈ ਨਿਕਲੀ ਜੱਸੇ ਦੇ ਘਰ ਵਾਲੀ, ਤਾਂ ਮੈਂ ਤਾਂ ਉਹਨੂੰ ਹੀ ਸਮਝਦਾ ਸੀ, ਮੇਰੀ ਤਾਂ ਤਲੀਆਂ ਤਲੀਆਂ ਕੁੱਟੀਆਂ ਉਹਨੇ, ਅਜੇ ਮੈਨੂੰ ਕੀ ਪਤਾ ਸੀ ਮੇਰੇ ਤਾਂ ਉਹਨੇ ਬਾਹਲੀ ਭੈੜੀ ਕੁੱਟ ਮਾਰ ਕਰੀ ਹੈ, ਮੇਰੇ ਤਾਂ ਉਹਨੇ ਜਮੀ ਤਰਸ ਨਹੀਂ ਕਰਿਆ। ਤੂੰ ਹੀ ਨਹੀਂ ਫਿਰ ਉਹਦੇ 'ਤੇ ਕਚਹਿਰੀ 'ਚ ਜਾ ਕੇ ਕਰਦਾ ਸੀ ਕੇਸ? ਅਖੇ ਜੀ ਮੈਂ ਤਾਂ ਕੇਸ ਕਰੂੰ ਉਹ 'ਤੇ। ਓਏ ਮੈਨੂੰ ਕੀ ਪਤਾ ਸੀ, ਚੱਲ ਹੁਣ ਮੈਂ ਨਹੀਂ ਕਿਸੇ ਪਾਸੇ ਜਾਂਦਾ, ਜਿਵੇਂ ਤੂੰ ਕਹੇਂਗੀ ਮੈਂ ਤਾਂ ਉਵੇਂ ਕਰੂੰਗਾ। ਕੋਈ ਨਾ, ਹੁਣ ਮੈਂ ਸ਼ਰਾਬ ਵੀ ਛੱਡ ਦੂੰ, ਤੂੰ ਮੇਰੀ ਕਦੇ ਫੇਰ ਨਾ ਬੋਲੇ ਸ਼ਿਕਾਇਤ ਲਾਈ। ਉਹ ਹੁਣ ਆਪਣੇ ਮਸਲੇ 'ਚ ਕਦੇ ਉਹਨੂੰ ਸੱਦੀ, ਉਹ ਮੇਰੀ ਭੈਣ ਬਣ ਕੇ, ਉਹ ਸੱਚ ਮੇਰੀ ਘਰ ਵਾਲੀ ਬਣ ਕੇ। ਨਾ ਜੇ ਤੂੰ ਠੀਕ ਰਹੇ ਮੈਨੂੰ ਕੀ ਲੋੜ ਹੈ, ਘਰ ਜਾ ਦੋ ਮਿੰਟ ਤੁਰਿਆ ਨਹੀਂ ਜਾਂਦਾ। ਪਹਿਲਾਂ ਵੀ ਮੈਨੂੰ ਮਜਬੂਰੀ ਵਾਸੀ ਜਾਣਾ ਪਿਆ ਉਹਦੇ ਕੋਲੇ, ਸ਼ਰਾਬ ਤੋਂ ਮੈਂ ਤੈਨੂੰ ਜਮਾਂ ਨਹੀਂ ਰੋਕਦੀ, ਆਥਣੇ ਬਸ਼ੱਕ ਤੂੰ ਪਊਆ ਪੀ ਲਿਆ ਕਰ, ਬਾਹੀ ਕਰ ਢੰਗ ਨਾਲ, ਦੋ ਚਾਰ ਕਿੱਲੇ ਹੋਰ ਲੈ ਲਾਂਗੇ ਠੇਕੇ ਤੇ, ਕੁਛ ਆਪਣੇ ਕੋਲ ਹੈਗੀ ਆਪਦੀ ਵਧੀਆ ਜ਼ਮੀਨ। ਆਹੋ ਉਹੀ ਕਰੂੰਗਾ, ਬਸ ਬਸ ਹੁਣ ਤਾਂ ਤੂੰ ਸਮਝ ਲੈ ਮੈਂ ਸਿੱਧੇ ਰਾਹ ਪੈ ਗਿਆ। ਬਸ ਠੀਕ ਹੈ, ਬਹਿ ਜਾ ਦੋ। ਮੇਰੀ ਗੱਲ ਸੁਣ, ਤੂੰ ਸੱਚ ਮੇਰੀ ਗੱਲ ਸੁਣੋ, ਇੱਕ ਤਾਂ ਯਾਰ ਤੂੰ ਕਹਿਣ ਦੀ ਆਦਤ ਬਾਹਲੀ ਪੈ ਰਹੀ ਹੈ ਹਰੇਕ ਨੂੰ, ਮੇਰੀ ਜੇਬ 'ਚੋਂ 1,000 ਰੁਪਇਆ ਤੁਸੀਂ ਤਾਂ ਨਹੀਂ ਕੱਢਿਆ? ਨਾ ਮੈਂ ਤਾਂ ਕੀ ਕੱਢਣਾ ਸੀਗਾ, ਨਾ ਜੇ ਮੈਂ ਕੱਢਦਾ ਤੈਨੂੰ ਪੁੱਛ ਕੀ ਕੱਢਦਾ? ਉਹ ਤਾਂ ਤੁਹਾਡੀ ਗੱਲ ਠੀਕ ਹੈ, ਜੇ ਮੈਂ 500 ਦੇ 2 ਨੋਟ ਨਾਲ ਦੀ ਜੇਬ 'ਚ ਪਾਏ ਤੇ
पता नहीं किधर डिग पे, मैंने लगता डिग पे। हाँ डिग पे होंगे फिर कितने। हाँ डिगे पे होंगे, 6,000 रुपये तो मेरी एक जेब दी गा, 2-5-500 नोट दूजी जेब से, कोई कागज पत्र कटते हो डिग पे होंगे। चलो हाँ चल कुछ नहीं होंगे। ਦੇ ਕੁਛ ਕਿਉਂ ਨਹੀਂ ਹੁੰਦਾ, ਮੇਰੀ ਮਿਹਨਤ ਦੀ ਕਮਾਈ ਤੀ, ਮੈਂ ਕਿਹੜਾ ਕਿਸੇ ਤੋਂ ਰਿਸ਼ਵਤ ਲੈਣੀ ਆ ਨਾਲੇ। ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਹੁਣ ਕਰ ਕੀ ਸਕਦੇ ਹਾਂ ਜਿਹੜੀ ਡਿੱਗੀ ਪਈ। ਹਾਂ ਉਹ ਤਾਂ ਹੈਗੀ ਹੈ ਫਿਰ, ਚੱਲ ਚੰਗਾ ਫਿਰ ਮੈਂ ਤਾਂ ਖਿੱਚਾਂ ਤਿਆਰੀ। ਠੀਕ ਹੈ। सच ले मैं तो भुल गई भाजन के 1,000 रुपया कमेटी वाला फड़ा के आना थी। ले जस्सा भी हूँ खेत वग गया, मेरे को है नहीं। सुखपाल नू पुछा मैं, सुखपाल 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 वह भी पता नहीं किधर वग गई, नहाँ वग गई होनी, तौलिया जहा चक्की फिरती थी। चल मैं आप ही कड के फड़ा आनी हाँ भाजन, उदू तो फिर फड़ा पैणगे। चल आ वर्दी जी जेब च होंगे चो कड लें। बेबे की कर दी है? मैं तो पुतो भजनों के कमेटी वाला 1,000 रुपया फड़ा के आना थी, जस्सा खेत वग गया तू नहाने लग गई, महा चल मैं कड के फड़ा आनी तेरी जेब चो। अच्छा अच्छा कोई ना, एक मिनट मैं कड के देनी है। जर उदे मेरी जेब चो 1,000 रुपया गायब हो गया थी। अज ही बेबे मेरी ड्रेस हथ मारन लग रही थी। हाँ कितने बेबे ने चोरी की आदत नहीं पै गई, यदि गलों तो भी लगता होंगे ये चोरों हमदर्दी जी वाली करती है। अज तो मैं टाइम ना ही मुड़े आई सुखपाल, एक गल मैंने 2-3 दिन टिकन नहीं देती हैगी, ये तो आड़ती दे गया होना मानसा। हाँ जस्सा तो आड़तियां दे गया, केड़ी गल नहीं टिकन दी। मेरी गल सुन लै बेबे, मैं तेरे तो एक गल पुछण लगी हाँ, पुलिस वाली नहीं बढ़ के पुछण लगी, नूह सस का रिश्ता समझ के पुछण लगी हाँ। मैनू तो तेरी कोई समझ नहीं आती, कई गल करी जानी है तू। हाँ दस की गल कर दी है तू। तू मैनू ए दस बेबे, मेरी जेब च 2 नोट 500 के गायब हुए थे, वो तय कटे थे ना। नहीं केड़े 500 के नोटा की गल कर दी है तू, मैनू नहीं पता, मैनू कड़न की कोई लोड़ थी। तू परसों चौथे ही मेरी जेब च हथ मारी जाती थी, कहती भाजन कमेटी फड़ा के आनी है। हाँ फिर फड़ा के नहीं आई मैं, कमेटी भाजन फड़ा के आई हाँ। वो तो फिर तो मौके से बहाना भर लिया ना, जब मैं तेन फड़ लिया। ले कमाल होगी, मैं चपेड़ा मारू मुंह ते अके बहाना भर लिया ना, तेनू की लगता है भी मैं तेरी जेब चो चोरी करी जाती थी। बेबे मैनू नहीं पता, जेड़ा भी कुछ सच है मन जा तू दस दे। मैं तेरे मुंह ते मारू, ले मन जा की मन जा, मैं देख मनना था बेबे तेन पऊगा जेड़ा कुछ तक करे, चाहे मेनू कुछ ही करना पेगी। अच्छा हूं तू मेरे नाल कुटमार करेगी, आपकी सस नाल कुटमार करेगी तू है। नहीं बेबे मैं तेरी कुटमार नहीं कर सकती, ये तो तेनू ही पता है, मैं तेरे हथ नहीं चक सकती। ना हथ चक के देख ले तू, ऐ ना समझी भी मैं तेरे तो डरदी हाँ, कि भुलेखे च फिरदी होवे तू, आ तेरा पुरसिया रोब जाना किसी होर थां ते चलदा होऊगा। मैं तो तेरे वर्गी नू ना जूंडे तो फड़ के घड़ीसी फिरदी हुंनी आ, गल्लां मारदी है। देख बेबे मेरी गल सुन, मैं हुण तक तेरे ना प्यार नाल गल करी जानी आ, तू मेरी अंदरली सपैण नू जगाउण दी कोशिश ना कर। जा नहीं जा, तेरे वर्गे मैं 20 सपैणा देखिया ने, मेरे आई तेरे तो एक नहीं चली जानी। देख बेबे मैं तेनू वारी वारी कही जानी हाँ भी तू क्यों मेरा दिमाग खराब करी जानी है, मैं तो तेनू प्यार नाल गल कही जानी हाँ, जेड़ा मैं तेरे तो सवाल पूछी जानी हाँ मैनू प्यार नाल ही जवाब दे दे, मैनू वध घट ना बोल। की जवाब दे दानी तेनू मैं, दिमाग तो समा तू मेरा खराब करी जानी है, फड़ के जूड़ा जा मरोड़ दूंगी मैं, नाले फिर लग जूगा पता तेनू। मैं तो कहनी हाँ की कहना, तू चपेड़े खा के हटेंगी मेरे तो। बेबे तू मेरे तो उही कुछ करा के हटेंगी जिहड़ा कुछ मैं करना नहीं चाहुंदी, एक मिनट खड़ जा। आ जा बेबे अंदर आ जा, बड़ जा ट्रीटमेंट करा तेरा। ना मार मेरे घोटने नाल की डरावनी है, जे हिम्मत है तेरी मार मेरे सिर चा मार।
नहीं बेबे, ये घोटना मैं तेरे सिर च मारन वास्ते नहीं लई। ये तो जदों असी किसी तो चोरी जां अपराध मनाउणा हुंदा ना, ये घोटने का असी उदों किवें इस्तेमाल करदे आ तैनूं ओह दसना। आ जा, एक मिनट अंदर आ जा बेबे, आ जा आ जा। नहीं तू छड्ड मेरी बाह, आ जा ना। हां नहीं तू छड्ड मेरी बाह, आ तां सही तू छड्ड दे, तू मेरी बाह छड्ड दे। हाय 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 बेबे, हाय तेनू की हो गया? वे तेनू की दसा जस्या, सुखपाल आई थी मेनू कमरे च बंद करके कोटा लाता मेरे ते। अच्छा, होर वे मेरिया पिंजणिया ते मेरी टूई च कोटा ला के वे मेरे तो चोरिया मनाउंदी थी ओ। कमाल होगी, की गल्लां करियां नहीं बेबे, चोरियां मनाउंदी थी, मैनूं तां कोई समझ नहीं आउंदी तेरी। वे मैं दस दिया तेनू, आए 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 बे मेरी गल सुन। मैं परसों चौथे भाजनों के कमेटी फड़ा के आनी थी, तू खेत बग गया, मैं तेरे तो पैसे फड़ने भुल गई। मैनू बैठी बैठी नू बाद च याद आया, फिर मैं आख्या चल सुखपाल तो फड़ लैनी हाँ। ये ना आई जाती थी, मैं इहदी जेब चो कढ़न लग गई, ये मेरे उत्ते आ गई कढ़दी ते इहनू शक हो गया भी मैं चोरी करदी थी इहदी जेब चो। कहिंदी 500-500 दे दो लोट तू मेरे पहला भी कढ़े ने। मैनू कहिंदी किथे किथे वारदातां कीतियां ने मन, वे मेरे तां घोटा लाता ने, मेरियां तां लत्तां दुखी जांदियां ने। लै कमाल हो गई यार बेदी, कमाल है, पागल तां नहीं हो गई किते इह? है आपदी सस दी घोटा लाता इहने लै। बे होर पुत्त मेरी गल सुन जस्से, जे तू मेरा पुत्त है ना, तो तलाक ले लै। जे पुलिस च भर्ती होगी घरदियां दी घोटा लाई जाऊगी। ओही तां गल है बेबे, आ तां वखरी ओ गल देखी आ लै, कदे चढ़दे लैंदे ते नहीं सुनिया। ऐ तां सुनिया थी वी सस्सा नूं घोटे नाल कुट दिंदियां ने, ऐ तां नहीं सुनिया थी वी घोटा ही चाड़ता सस्सा ते। इहदा मतलब फिर हरेक सपैणी आपदी सस ते घोटा ला दिंदे हो? बे मैनू की पता है, तू ऐ दस मैं तेनू चोर लगदी आ? जमा भी नहीं लगदी बेबे। ना तेनू की लोड थी कि इहदी जेब च हथ पाउण दी, पैसे कढ़न दी तेनू लोड की थी? पहला भी ये 500-500 दे दो नोट डिगे थी, मैनू भी पुछदी थी ये, मैनू कहती तू तो नहीं कढ़े, मैं कहा ना मैं नहीं कढ़े। फिर तेरे ते शक हो गया इहनू हुण भी इहने कढ़े होणगे? ले मेरे ते शक हो गया, कमाल होगी, आपदे घरदिआं ते शक करदे हुंदे ने पुलिस वाले। पुछ ना बेबे, इहनां दा तां बाला पुट्ठा दिमाग हुंदा है, बहुत पुट्ठे दिमाग दे हुंदे ने। तां जे कोई बंदा ऐ कही जावे ना भी मैं कतल करिआ, उहते विश्वास नहीं करदे इह, जिहड़ा उहनूं पेश कराउण आया हुंदा है वो तो शक करनगे भी यही नहीं करया होगा, एडे पुठे दिमाग दे हुंदे ने। तां बे मैनू नहीं पता पुठा हुंदा कि सिद्धा हुंदा, आपां तां हुण इहनूं इह घर च रखणा नहीं। मेरा पुत्त बण के हुण तू तलाक लै लै। तलाक तां लैणी लैणा बेबे, होर मैं रखूंगा इहनूं। कमाल करदिआं तू, मेरी माँ दे घोटा लाता इहने, होर मैं घट गुजारूंगा इहदे नाल। मैं सादा इहदे भाई नूं, कोई ना बूटे नूं सादा मैं। हाँ सद बूटे नूं, दस सारा कुछ। हाँ मैं सादा हुणी करदा फोन भी, ऐ करदी है साडे नाल। ना ना दसांगे, जरूर दसांगे। सत श्री अकाल दा जवाब तां तेरा मैं फेर देऊं, पहलां उरे आ जा। हाँ तेरी भैण दे कारनामे दसणे मैं। सुख कादी है? सुख हुंदी मैं तेनूं फोन क्यों करदा? सुख है के सुख कादी है? गलती दस के ले, गलती की दसा? कम पता कैसे जी करती फिरती है वो, उरे आके दसूं तेनू गलती? मेरी माँ दे घोटा लाता उन्हें, ले फड़ के चोरियां मनाउंदी है इनू, है कि चोरियां मन तू, ले कर लो गल। अच्छा। आहो हाँ मेरी माँ दे घोटा लाता, ले हुण जे वो पुलिस च भर्ती होगी हुण साडी घोटे लाई जाऊगी। की गलतियां करनिया? कुछ भी नहीं करनिया मासी ने, की गलतियां करनिया ती? की चोरियां मनाउंदी है ले तू, चोर नहीं लगदी तेनू? यह चोर नहीं है भी? ठंडा किवें हो जा, साडा तां मरन होया पिया, ठंडा हो जाके।
ਅਸੀਂ ਤਾਂ ਤਲਾਕ ਲਵਾਂਗੇ ਉਹ ਲੈ ਜਾ ਉਹਨੂੰ ਆ ਕੇ ਅਸੀਂ ਨਹੀਂ ਰੱਖਣਾ ਜਾ ਸੱਦ ਲੈ ਉੱਥੇ ਆਪਦੇ ਆਉਂਦਾ ਇਹ ਕੀ ਕਹਿੰਦਾ ਉਹ ਨਾ ਆਹੋ ਮੈਂ ਭੈਣ ਨੂੰ ਫੋਨ ਕਰਿਆ ਸੀ ਉਹ ਕਹਿੰਦੀ ਸਾਨੂੰ ਮਾਨਸਾ ਜਾਣਾ ਪੈ ਗਿਆ ਕੋਈ ਜ਼ਰੂਰੀ ਰੇਟ 'ਤੇ ਆਜੂਗੀ ਥੋੜ੍ਹੇ ਟਾਈਮ 'ਤੇ ਕੀ ਆਜੂਗੀ ਨਾ ਲੋੜ ਨਹੀਂ ਉਹਨੂੰ ਉਰੇ ਆਉਣ ਦੀ ਨਾ ਉੱਧਰ ਹੀ ਵਗ ਜੂ ਕਹਿੰਦੇ ਉਹਨੂੰ ਸਿੱਧੀ ਇੱਥੇ ਕੋਈ ਲੋੜ ਨਹੀਂ ਵੜਨ ਦੀ ਸਹੀ ਗੱਲ ਹੈ ਉਰੇ ਕੀ ਕਰੂਗੀ ਆ ਕੇ ਆਪਦੇ ਉੱਥੇ ਵਗ ਜੇ ਅਸੀਂ ਨਹੀਂ ਉਰੇ ਵੜਨ ਦਿੰਦੇ ਉਹਨੂੰ ਨਾ ਫਿਰ ਵੀ ਮਾਸੀ ਕੀ ਗੱਲ ਹੋ ਗਈ ਤੇਰੇ ਕਿਉਂ ਘੋਟਾ ਲਾਤਾ ਉਹਨੇ ਸਾਨੂੰ ਵੀ ਪਤਾ ਲੱਗੇ ਗੱਲ ਕੀ ਹੈ ਸਾਨੂੰ ਵੀ ਦੱਸ ਕੁਛ ਕਿਉਂ ਲਾਇਆ ਉਹਨੇ ਤੇਰੇ ਘੋਟਾ ਮੈਨੂੰ ਕੀ ਪਤਾ ਕਿਵੇਂ ਲਾਤਾ ਉਹ ਤਾਂ ਤੂੰ ਉਹਨੂੰ ਪੁੱਛ ਚੋਰੀਆਂ ਮਨਾਉਂਦੀ ਸੀ ਮੈਨੂੰ ਕਹਿੰਦੀ ਐਂ ਦੱਸ ਚੋਰੀਆਂ ਕਿੱਥੇ ਕਿੱਥੇ ਕਰੀਆਂ ਨੇ ਲੈ ਦੱਸ ਕਮਾਲ ਹੋ ਗਈ ਉਹਨੇ ਤੇਰੀ ਕੀ ਚੋਰੀ ਦੇਖ ਲਈ ਸੀ ਕੀ ਪਤਾ ਕੀ ਦੇਖ ਲਈ ਮੈਂ ਤਾਂ ਭਾਜਨ ਨੂੰ 1000 ਰੁਪਇਆ ਕਮੇਟੀ ਦੇਣੀ ਸੀ ਸਾਡੀ ਗਵਾਂਢਣ ਨੂੰ ਮੈਂ ਜੱਸੇ ਤੋਂ ਫੜਨਾ ਭੁੱਲ ਗਈ ਜੱਸਾ ਖੇਤ ਵਗ ਗਿਆ ਮੈਂ ਆਖਿਆ ਚੱਲ ਮੇਰੀ ਨੂੰਹ ਹੈ ਵੀ ਚੱਲ ਮੈਂ ਸੁਖਪਾਲ ਤੋਂ ਲੈ ਲੈਂਦੀ ਹਾਂ ਇਹਨੂੰ ਮੈਂ ਬੋਲ ਮਾਰੇ ਨਹਾਉਣ ਜਾ ਰਹੀ ਸੀ ਮੈਂ ਇਹਦੀ ਜੇਬ 'ਚੋਂ ਕੱਢਣ ਲੱਗ ਗਈ ਇਹ ਉੱਤੇ ਆ ਗਈ ਬਸ ਇਹਨੂੰ ਤਾਂ ਮੇਰੇ 'ਤੇ ਸ਼ੱਕ ਹੋ ਗਿਆ ਮੈਨੂੰ ਕਹਿੰਦੀ ਮੇਰਾ ਪਹਿਲਾਂ ਵੀ 1000 ਰੁਪਇਆ ਗੁਮਾਚ ਗਿਆ ਉਹ ਵੀ ਤਈ ਕੱਢਿਆ ਕਹਿੰਦੀ ਦੱਸ ਕਿੱਥੇ ਕਿੱਥੇ ਚੋਰੀਆਂ ਕਰੀਆਂ ਨੇ ਲੈ ਦੱਸ ਇਹ ਤਾਂ ਬਹੁਤ ਮਾੜੀ ਗੱਲ ਹੈ ਸਹੀ ਗੱਲ ਹੈ ਮਾਸੀ ਇਸ ਤਾਂ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਾਂਗੇ ਚਾਹੇ ਸਾਡੀ ਕੁੜੀ ਹੈ ਉਹ ਕੋਈ ਨਾ ਆ ਜਾਣ ਦੇ ਉਹਨੂੰ ਤੇਰੇ ਪੈਰੀਆਂ ਕਲਾ ਕੇ ਮਾਫੀ ਮੰਗੂਗੀ ਤੇ ਤੋਂ ਨਾ ਨਾ ਭਾਈ ਮੈਂ ਨਹੀਂ ਮਾਫੀ ਮੁਫੀ ਮੰਗਾਉਣੀ ਮੈਂ ਦੱਸਤਾ ਤੈਨੂੰ ਸਾਡੀ ਤਾਂ ਲੋਹੇ ਤੇ ਲਕੀਰ ਹੈ ਅਸੀਂ ਤਾਂ ਹੁਣ ਬਸ ਤਲਾਕ ਲੈਣਾ ਉਹ ਤੋਂ ਤਲਾਕ ਹਾਂ ਸਾਡੀ ਤਾਂ ਲੋਹੇ ਤੇ ਲਕੀਰ ਹੈ ਅਸੀਂ ਨਹੀਂ ਹੁਣ ਮੰਨਦੇ ਹੈਗੇ ਐ ਮਾਪੀਆਂ ਤੋਂ ਨਾ ਨਾ ਭਾਈ ਐ ਨਾ ਕਰੋ ਆਪਾਂ ਘਰ ਨਹੀਂ ਪੱਟਣਾ ਆਪਦਾ ਮੈਂ ਮੰਨਦੀ ਹਾਂ ਗਲਤੀ ਉਹ ਤੋਂ ਬਹੁਤ ਵੱਡੀ ਹੋਈ ਹੈ ਪਰ ਕੋਈ ਗੱਲ ਨਹੀਂ ਮਾਫੀ ਤਾਂ ਉਹਨੂੰ ਮੰਗਣੀ ਪੈਣੀ ਹੈ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਗੱਲਾਂ ਕਹੀਆਂ ਇਹ ਕਰਦੇ ਹੋ ਭੈਣੇ ਤੁਸੀਂ ਹੈ ਮੇਰੀ ਮਾਂ ਦੇ ਘੋਟਾ ਲਾਇਆ ਉਹਨੇ ਐ ਕਮਾਲ ਹੋ ਗਈ ਵਈ ਮਾਫੀਆਂ ਹੋ ਜਾਣਗੀਆਂ ਹੈ ਅਸੀਂ ਨਹੀਂ ਮੰਨਦੇ ਮੰਦੇ ਅਸੀਂ ਤਾਂ ਤਲਾਕ ਲਵਾਂਗੇ ਉਹ ਤੋਂ ਇਹ ਤੁਸੀਂ ਵੱਡੇ ਭੁਲੇਖੇ 'ਚ ਫਿਰਦੇ ਹੋ ਇਹ ਕੱਢ ਦਿਓ ਵਹਿਮ ਦਿਮਾਗ 'ਚੋਂ ਵੀ ਅਸੀਂ ਐਂ ਫਿਰਦੇ ਹਾਂਗੇ ਆਹੋ ਬਾਈ ਕੋਈ ਨਾ ਅਸੀਂ ਉਹਦੇ ਵੰਡੇ ਦੀ ਸੋਥੋਂ ਮਾਫੀ ਮੰਗਦੇ ਹਾਂ ਇੱਕ ਵਾਰੀ ਉਹਨੂੰ ਮਾਫ ਕਰ ਦਿਓ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਉਹ ਐਡੀ ਵੱਡੀ ਗਲਤੀ ਕਿਵੇਂ ਕਰ ਗਈ ਇਹ ਤਾਂ ਫਿਰ ਤੁਸੀਂ ਉਹ ਤੋਂ ਪੁੱਛ ਲਓ ਭੈਣੇ ਸਾਨੂੰ ਵਾਰੀ ਵਾਰੀ ਕਹਿਣ ਦੀ ਲੋੜ ਨਹੀਂ ਵੀ ਐਂ ਕਰ ਲਓ ਆਹ ਕਰ ਲਓ ਨਾ ਸਾਨੂੰ ਕੋਈ ਫਾਇਦਾ ਨਹੀਂ ਵਾਰੀ ਵਾਰੀ ਗੱਲ ਕਰਨ ਦਾ ਤੁਹਾਨੂੰ ਜਦੋਂ ਇੱਕ ਵਾਰੀ ਕਹਿਤਾ ਸੀ ਵੀ ਤਲਾਕ ਅਸੀਂ ਲੈਣੀ ਲੈਣਾ ਉਹ ਤੋਂ ਸਾਡੇ ਕੋਲ ਤਾਂ ਫਿਰ ਵਾਰੀ ਵਾਰੀ ਗੱਲ ਨਾ ਹੀ ਕਰੋ ਚਲੋ ਫਿਰ ਗਗਨ ਚਲੀਏ ਚਲੋ ਫਿਰ ਆ ਫਿਰ ਕੀ ਫਾਇਦਾ ਹੋਰ ਬੈਠਣ ਦਾ ਅੱਛਾ ਕਹਿੰਦੇ ਸਿੱਧਾ ਹੀ ਇੱਧਰ ਸੱਦ ਲਓ ਉਹਨੂੰ ਹੈ ਤੇ ਹੋਰ ਉਹ ਤਾਂ ਕਹਿੰਦੇ ਸਾਡੇ ਘਰੇ ਨਹੀਂ ਵੜਨੀ ਚਾਹੀਦੀ ਤਾਂ ਹੀ ਤਾਂ ਤੈਨੂੰ ਮੈਂ ਫੋਨ ਕਰਿਆ ਭੈਣੇ ਵੀ ਤੂਰੀ ਆ ਜੀ ਇਹ ਕੀ ਕੰਮ ਕਰਿਆ ਤੂੰ ਤੂੰ ਆਪਣੀ ਸੱਸ ਦੀ ਘੋਟਾ ਲਾਤਾ ਹੈ ਤੂੰ ਮਾੜਾ ਮੋਟਾ ਤਾਂ ਕਿਨੂੰ ਹੱਥ ਮਾਰ ਲੈਂਦੀ ਹੋਰ ਉਹੀ ਤਾਂ ਗੱਲ ਹੈ ਮੈਂ ਤਾਂ ਆਪ ਹੈਰਾਨ ਹੋ ਗਈ ਇਹ ਗੱਲ ਸੁਣ ਕੇ ਇਹ ਕੀ ਕੰਮ ਕਰਿਆ ਤੂੰ ਤੂੰ ਮਾੜਾ ਮੋਟਾ ਵੀ ਨਹੀਂ ਸੋਚਿਆ ਕਮਲੀਏ ਮੈਂ ਤਾਂ ਜ਼ਿੰਦਗੀ 'ਚ ਇਹ ਪਹਿਲਾ ਚਾਂਸ ਦੇਖਿਆ ਨਾ ਇਹ ਜੀ ਕੀ ਗੱਲ ਹੋ ਗਈ ਸੀ ਫੇਰ ਕੀ ਹੋ ਗਿਆ ਦੱਸ ਜੇ ਤੇਰੀ ਜੇਬ 'ਚੋਂ ਪੈਸੇ ਕੱਢ ਲਏ ਸੀ ਉਹਨੇ ਉਹ ਤਾਂ ਕੋਈ ਗੱਲ ਨਹੀਂ ਭਾਬੀ ਜੇ ਜੇਬ 'ਚੋਂ ਪੈਸੇ ਕੱਢਦੀ ਤੀ ਉਹ ਪੈਸੇ ਵੀ ਉਹਨਾਂ ਦੀ ਨੇ ਮਾਵਾਂ ਵਰਗੀ ਹੋਇਆ ਉਹ ਜਦੋਂ ਮਰਜ਼ੀ ਮੇਰੇ ਜੇਬ 'ਚ ਹੱਥ ਮਾਰ ਸਕਦੀ ਹੈ ਪਰ ਮੈਨੂੰ ਉਹ 'ਤੇ ਸ਼ੱਕ ਹੋ ਗਿਆ ਤੀ ਪਹਿਲਾਂ ਹੀ ਮੇਰਾ 1000 ਰੁਪਇਆ ਕੱਢਿਆ ਗਿਆ ਤੀ ਤਾਂ ਕਰਕੇ ਮੈਨੂੰ ਸ਼ੱਕ ਹੋ ਗਿਆ ਤੀ ਉਹਦੇ 'ਤੇ ਵੀ ਬੇਬੇ ਨਹੀਂ ਨਾ ਕਿਤੇ ਮੇਰੇ ਪੈਸੇ ਕੱਢੇ ਹੋਣ ਲੈ ਕਮਾਲ ਹੋ ਗਈ ਤਾਂ ਉਹੀ ਗੱਲ ਕਰਤੀ ਭੈਣੇ ਪੁਲਸੀਆਂ ਵਾਲੀ ਹੋ ਗਿਆ ਤੀ ਤੈਨੂੰ ਸ਼ੱਕ ਨਾ ਤੂੰ ਮੈਨੂੰ ਐਂ ਦੱਸ ਘਰ 'ਚ ਉਹਨੂੰ ਕਿਸੇ ਚੀਜ਼ ਦੀ ਕਮੀ ਹੈ ਵੀ ਜਿਹੜੀਆਂ ਉਹ ਚੋਰੀਆਂ ਕਰੂਗੀ 5-6 ਕਿੱਲੇ ਜ਼ਮੀਨ ਦੇ ਨੇ ਉਹਨਾਂ ਕੋਲੇ ਦੋਵੇਂ ਮਾਂ ਪੁੱਤ ਉਹ ਹੈਗੇ ਨੇ ਉਹ ਚੋਰੀਆਂ ਕਰਨਗੇ ਉਹੀ ਤਾਂ ਗੱਲ ਹੈ ਤੂੰ ਮਾੜਾ ਮੋਟਾ ਤਾਂ ਕੁਛ ਸੋਚ ਲੈਂਦੀ ਉਹਦੇ ਬਾਰੇ ਆ ਕੁਛ ਸੋਚਣ ਲੱਗੀ ਭਾਬੀ ਗਲਤੀ ਹੋ ਗਈ ਮੇਰੇ ਤੋਂ ਪੁਲਸੀਆ ਦਿਮਾਗ ਕਦੇ ਕਦੇ ਪੁੱਠਾ ਚੱਲ ਪੈਂਦਾ ਹੈ ਪਰ ਚੱਲ ਗਲਤੀ ਮੇਰੀ ਤੀ ਮੈਨੂੰ ਉਹ 'ਤੇ ਸ਼ੱਕ ਹੋ ਗਿਆ ਮੈਂ ਤਾਂ ਉਹ ਤੋਂ ਪਿਆਰ ਨਾਲੇ ਪੁੱਛਦੀ ਤੀ ਮੈਨੂੰ ਤਾਂ ਵੀ ਪੁੱਠਾ ਸਿੱਧਾ ਬੋਲਣ ਲੱਗ ਗਈ ਤਾਂ ਕਰਕੇ ਮੈਨੂੰ ਗੁੱਸਾ ਆ ਗਿਆ ਅੱਛਾ ਉਹ ਤੈਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਤੈਨੂੰ ਗੁੱਸਾ ਆ ਗਿਆ ਤੂੰ ਚੱਕ ਕੇ ਉੱਤੇ ਘੋਟੇ ਹੀ ਲਾਤਾ ਹੈ ਹਾਂ ਫਿਰ ਭਾਬੀ ਗੁੱਸੇ 'ਚ ਲੱਗ ਗਿਆ ਲੈ ਕਹਿੰਦੀ ਗੁੱਸੇ 'ਚ ਲੱਗ ਗਿਆ ਐਂ ਤਾਂ ਕੱਲ ਨੂੰ ਤੈਨੂੰ ਸਾਡੇ ਦੋਨੇ ਜੀਆਂ ਤੇ ਗੁੱਸਾ ਆ ਜਾਊਗਾ ਸਾਡੇ ਲਾ ਦੇਈ ਘੋਟਾ ਕਰੇ ਗੁੱਸੇ 'ਚ ਲੱਗ ਗਿਆ ਤੈਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਸੀ ਸੁਖਪਾਲ ਸੱਸਾਂ ਮਾਵਾਂ ਵਰਗੀਆਂ ਹੁੰਦੀਆਂ ਨੇ ਤੂੰ ਵਿਚਾਰੀ ਉਹ ਬੁੜੀ ਤੇ ਘੋਟਾ ਹੀ ਲਾਤਾ ਚੱਕ ਕੇ ਹੈ ਤੂੰ ਤਾਂ ਭਾਬੀ ਬਾਲਾ ਨਹੀਂ ਲਾਇਆ ਥੋੜਾ ਜਿਹਾ ਲਾਇਆ ਤੀ ਲੈ ਜਦ ਲਾਈ ਦਿੱਤਾ ਬਾਲਾ ਲਾਇਆ ਥੋੜਾ ਲਾਇਆ ਇੱਕ ਤਾਂ ਵਿਚਾਰੀ ਦੀ ਉਹਦੇ ਉਂਬੜਾ ਵਿੱਚ ਲੱਤਾਂ ਦੁਖਦੀਆਂ ਸੀ ਉੱਤੋਂ ਤੂੰ ਘੋਟਾ ਲਾਤਾ ਭਾਬੀ ਥੋੜਾ ਹੀ ਲਾਇਆ ਤੀ ਉਹ ਤਾਂ ਡਰ ਹੀ ਪਾਇਆ ਤੀ ਉਹਨ ਤਾਂ ਬੇਬੇ ਚੀਕ ਹੀ ਥੋੜੀ ਜਿਹੀ ਵੱਧ ਮਾਰ ਗਈ ਲੈ ਕਿ ਨਹੀਂ ਤਾਂ ਚੀਕ ਹੀ ਵੱਧ ਮਾਰ ਗਈ ਵੀ ਤੂੰ ਤਾਂ ਉਹਨੂੰ ਮੁੱਦੀ ਪਾ ਕੇ ਘੋਟਾ ਲਾਤਾ ਚੀਕ ਹੀ ਮਾਰੂਗੀ ਹੋਰ ਮਾਰੂਗੀ ਨਹੀਂ ਉਹ ਕਮਾਲ ਉਹੀ ਤਾਂ ਗੱਲ ਹੈਗੀ ਮੇਰੀ ਗੱਲ ਸੁਣ ਲੈ ਸੁਖਪਾਲ ਤੈਨੂੰ ਘਰ ਬਾਰ ਵਧੀਆ ਮਿਲਿਆ ਵਧੀਆ ਪਰਿਵਾਰ ਮਿਲਿਆ ਸ਼ਰੀਫ ਪਰਿਵਾਰ ਹੈ ਉਹ ਸਾਰਾ ਬਾਈ ਦਾ ਸੁਭਾਅ ਕਿੰਨਾ ਵਧੀਆ
मासी किन्नी चंगी है, तू गलती बहुत वड्डी कर ली सुखपाल, तू आपदा घर पट लिया, हुण जे तू कुछ कर सकदी है ना हुण तू उन्हां ते जाके माफी मंग लै, मिन्नतां तरले कर लै तेरी सस दे, चंगी रहेगी। हाँ मन लै भैणे तू गल साडी मन लै, आपदा पुलसिया रोह पासे करके ना नूह बन के बग जा, मासी तो माफी मंग लै नाले बाई तो मंग लै, वधिया रहेगी। चल ठीक है भाई कोई ना। हाय आ की करन आंदी है बेजस्से, आई भज के आई बेजस्से। की हो गया बेबे हैं, तू हुण ओरे की लेना आई है? मैं सोता ना माफी मंगन आई हां बेबे, मैनू माफ कर दे, मैं तेरे ने धक्का कर बैठी। होर कर दे तेनू माफ, पता ता मेरी किन्नियां चीकां कढ़ाईयां ने, कोटा ला के कर दे तेनू माफ। हुण बेबे मैं तो बहुत वड्डी गलती हो गई, मैं तो तेरे ना प्यार ना गल करी जांदी थी, तू मैनू मंदा चंगा बोल पी, तां करके मैनू गुस्सा आ गया। तू मेरे जिन्ने मर्जी चपेड़े मार लै बेबे, तू मैनू माफ कर दे, मैं जिंदगी च इही जी गलती कदे नहीं करदी हैगी, जे तू मैनू माफ ना करे ना, मैनू तो जिहड़ी सज़ा मिलनी है मिलनी है, तेरे पुत दा वी घर पट्टे जाऊगा। बेबे मेरी गल सुन लै, तेरा इरादा जा किवें बनता जांदा इहनू माफ करन दा, सोचण जे किवें लागी बेबे तू, मेरी गल सुन लै, कोई माफ मूफ नहीं करना इहनू, तू भी सुन लै मेरी गल, तू साडे घरे किवें आ गई सुपर, मैं तां तलाक लैणा तेथों, मुड़ के साडे घरे आउण दी कोशिश ना करी, बाहर हो तू साडे घरों। ऐ ना करो, जद मैं आपदी गलती मानदी हाँ भी मैनू गुस्सा आ गया ती, बेबे हटी नहीं बोलणो, बाला बंदा चंगा बोलीए मैनू बेबे, तां करके मैनू गुस्सा आ गया ती, मैं पैर फट के माफ़ी मंगदी हाँ बेबे तो, बस मैनू माफ कर दो। तू तुरदी बानवरों, मैं कोई तेनू माफ मूफ नहीं करना, मैं तेनू इन्नी गल दस देना, जेब तेनू बेबे माफ कर भी देवे मैं तेनू तां भी माफ नहीं करना, तलाक लैणा मैं तब तेथों, जा उठ जा उरों, दफा हो जा। ਲੈ ਇਹ ਤਾਂ ਮਾੜਾ ਕੰਮ ਹੀ ਹੋਇਆ, ਜਦੋਂ ਮਾਸੀ ਮੰਨਣ ਨੂੰ ਤਿਆਰ ਹੋ ਗਈ ਉਦੋਂ ਬਾਈ ਅੜ ਗਿਆ ਹੈ। ਔਰ ਇਹ ਤਾਂ ਹੈਗਾ ਭੈਣੇ, ਬੇਬੇ ਤਾਂ ਮੰਨਣ ਨੂੰ ਤਿਆਰ ਹੋਏ ਗਈ ਤੀ, ਬੇਬੇ ਤਾਂ ਚੁੱਪ ਜੇ ਕਰ ਗਈ ਤੀ, ਉਹੀ ਨਹੀਂ ਅੜੀ ਵਾਲੀ ਛੱਡੀ ਆਪਦੀ ਅੜੀ ਉਹਨੇ, ਬਾਹਲਾ ਅੜੀ ਆ ਲੈ। ਤੂੰ ਮੇਰੀ ਗੱਲ ਸੁਣ ਭੈਣੇ, ਤੂੰ ਬਾਈ ਜੱਸੇ ਦੇ ਪੈਰੀ ਪੂਰੀ ਡਿੱਗ ਕੇ ਦੇਖ ਲੈ, ਉਹਨੂੰ ਮਨਾ ਲੈ, ਹੋਰ ਕੀ ਹੈ, ਉਹਦੇ ਪੈਰੀ ਹੱਥ ਲਾ ਦੇ ਕਹਿ ਦੇ ਮੈਥੋਂ ਗਲਤੀ ਹੋ ਗਈ ਤੀ, ਜਿਵੇਂ ਤੂੰ ਕਹਿਣੀ ਹੈ ਵੀ ਮਾਸੀ ਚੁੱਪ ਜੇ ਰਹੀ ਉਹਦੇ ਚੱਲ ਮੰਨ ਜੂਗੀ, ਤੂੰ ਇਹਨੂੰ ਮਨਾ ਕੇ ਸਲੋਟ ਕੀ ਆ, ਉਹਨੂੰ ਤਰਸ ਜਾਈ ਜਾਵੇ। ਹਾਂ ਬਾਈ ਐਂ ਕਰਕੇ ਦੇਖ ਲੂੰਗੀ, ਚੱਲ ਹੋਰ ਤੂੰ ਉਸੇ ਨੂੰ ਮਨਾ ਕੇ ਸਲੋਟ। ਠੀਕ ਹੈ ਹੋਰ ਭੈਣੇ, ਕਹਿ ਕੇ ਦੇਖ ਲਾ ਉਹਨੂੰ, ਪਊਗਾ ਇੱਕ ਵਾਰੀ ਟੁੱਟਿਆ ਹੋਇਆ ਮੁੜ ਕੇ ਨਹੀਂ ਜੁੜਦੇ ਹੁੰਦੇ ਰਿਸ਼ਤੇ, ਜੇ ਰਿਸ਼ਤੇ ਟੁੱਟ ਜਾਣ ਹੋਰ ਮਿੰਨਤਾਂ ਕਰ ਲੈ, ਹੋਰ ਕੀ ਹੈ ਫਿਰ ਆਪਣਾ ਕੀ ਘੱਟਦਾ ਕੁਛ। ਮਿੰਨਤਾਂ ਤਾਂ ਉਹਦੀਆਂ ਹੀ ਬਹੁਤ ਕਰੀਆਂ ਦੇ ਭੈਣੇ, ਮੈਂ ਬਸ ਉਹਨੇ ਤਾਂ ਇੱਕੋ ਹੀ ਅੜੀ ਫੜੀ ਰੱਖੀ, ਮੇਰੇ ਘਰੋਂ ਨਿਕਲ ਜਾ, ਮੇਰੇ ਘਰੋਂ ਨਿਕਲ ਜਾ ਬਸ, ਹੁਣ ਤਾਂ ਮੈਂ ਤੈਨੂੰ ਵੜ ਨਹੀਂ ਦਿੰਦਾ ਵੀਰੇ। ਕੋਈ ਨਾ ਆ ਜੂਗਾ ਦੁਬਾਰੇ, ਹੋ ਜੂਗਾ ਲੋਟ, ਤੂੰ ਕਰਕੇ ਦੇਖ ਮਿੰਨਤਾਂ, ਮੰਨ ਜੂਗਾ। ਠੀਕ ਹੈ ਹਾਂ। ਚੈੱਕ ਦਿਨ ਹੋ ਗਏ ਲਵਪ੍ਰੀਤ ਤੈਨੂੰ ਆਈ ਨੂੰ, ਤਾਂ ਕਦੇ ਗੇੜਾ ਹੀ ਨਹੀਂ ਮਾਰਿਆ। 10 ਕੁ ਦਿਨ ਹੋ ਗਏ ਆਈ ਨੂੰ ਭਾਬੀ ਮੈਨੂੰ, ਮੈਂ ਵੀ ਹੁਣੀ ਆਈ ਸੀ ਬਸ, ਮੈਂ ਕਿਹਾ ਚੱਲ ਮਿਲਿਆ ਮੈਂ ਉਧਰ। ਹਾਂ ਹੋਰ ਤੇਰੇ ਸਹੁਰੇ ਠੀਕ ਨੇ ਸਾਰੇ? ਹਾਂਜੀ ਸਾਰੇ ਵਧੀਆ ਨੇ। ਮੰਮੀ ਦੱਸਦੇ ਸੀਗੇ ਵੀ ਸੁਖਪਾਲ ਵੀ ਇੱਧਰ ਹੀ ਆ ਜਾਂਦੇ ਨੇ ਡਿਊਟੀ ਤੋਂ, ਮੈਂ ਕਿਹਾ ਉਹਨਾਂ ਨੂੰ ਮਿਲੇ ਆਉਣੇ ਆ। ਚਲੋ ਹਾਂ ਲਵਪ੍ਰੀਤ ਇੱਧਰ ਹੀ ਆ ਜਾਂਦੀ ਹੈ ਉਹ ਡਿਊਟੀ ਤੋਂ, ਕਈ ਦਿਨ ਹੋ ਗਏ। ਅੱਛਾ ਭਾਬੀ ਇੱਧਰ ਕਾਹਤੋਂ ਆ ਜਾਂਦੇ ਨੇ ਫਿਰ ਉਹ, ਉਹਨਾਂ ਦੇ ਸਹੁਰੇ ਤਾਂ ਉਧਰ ਨੇੜੇ ਹੀ ਪੈਂਦੇ ਨੇ ਡਿਊਟੀ ਤੋਂ। ਉਹ ਕਹਿੰਦੀ ਚੱਲ 2-4 ਦਿਨ ਲਾ ਆਉਂਦੀ ਆ, ਜੀ ਲੱਗ ਰਿਹਾ ਕਹਿੰਦੀ ਮੇਰਾ, ਕਦੇ ਆਈ ਨਹੀਂ ਪਹਿਲਾਂ ਵੀ, ਚਲੋ ਉਧਰ ਤਾਂ ਉਹਦੇ ਸਰਦਾ ਵੀ ਸੱਸ ਕਰ ਲੈਂਦੀ ਆ ਕੰਮ ਤਾਂ, ਤਾਂ ਇੱਧਰ ਹੀ ਆ ਜਾਂਦੀ ਆ, ਕਹਿੰਦੀ ਚੱਲ ਲਾ ਆਉਂਦੀ ਆ 4-5 ਦਿਨ। ਚਲੋ ਭਾਬੀ ਫਿਰ ਮੈਂ ਤੇ ਜਾਣੀ ਆ, ਜਦੋਂ ਉਹ ਆ ਗਏ ਮੈਨੂੰ ਦੱਸ ਦੇ ਜਾਂ ਫੋਨ ਕਰ ਦਿਓ ਤੁਸੀਂ, ਮੈਂ ਕੋਈ ਨਾ 5 ਕੁ ਵਜੇ ਆ ਜਾਂਦੀ ਆ ਸ਼ਾਮ ਨੂੰ, ਬਹਿ ਜਾ ਚਾਹ ਬਣਾ ਲੈਂਦੀ ਚਾਹ ਤਾਂ ਠੀਕ ਆ। ਬਸ ਭਾਬੀ ਜਾਣੀ ਆ ਫੇਰ ਆਉਂਗੀ ਮੈਂ, ਉਹੀ ਪਰਦੇ ਰੱਖੀ ਜਾਂਦੇ ਆ, ਸਾਰਾ ਕੁਝ ਤਾਂ ਦੱਸਤਾ ਕਰਦਿਆਂ ਨੇ। ਆ ਗਿਆ ਖੇਤੋਂ? ਹਾਂ ਬੇਬੇ ਆ ਗਿਆ, ਮੈਂ ਤਾਂ ਤੇਰੇ ਨਾਲ ਗੱਲ ਕਰਨੀ ਤੀ ਇੱਕ। ਹਾਂ ਦੱਸ ਪੁੱਤ। ਸੁਖਪਾਲ ਆਈ ਤੀ ਖੇਤ ਅੱਜ ਮੇਰੇ ਕੋਲ, ਉਹਦਾ ਬਾਹਲਾ ਹੀ ਰੋਣ ਲੱਗ ਗਈ ਉੱਚੀ ਉੱਚੀ, ਮੇਰੇ ਪੈਰ ਫੜ ਲਏ ਨਾਲੇ, ਤਾਂ ਨੱਕ ਨਾਲ ਲਕੀਰਾਂ ਕੱਢਣ ਲੱਗ ਗਈ, ਕਹਿੰਦੀ ਮੈਨੂੰ ਇੱਕ ਵਾਰੀ ਮਾਫ਼ ਕਰ ਦਿਓ, ਮੈਂ ਕਦੇ ਜ਼ਿੰਦਗੀ 'ਚ ਇਹੋ ਜਿਹੀ ਗਲਤੀ ਨਹੀਂ ਕਰਦੀ। ਬਾਹਲਾ ਬਿਲਕੇ ਫਿਰ ਮੈਨੂੰ ਤਰਸ ਜਾਣ ਲੱਗ ਗਿਆ, ਹੁਣ ਕਿਵੇਂ ਕਰੀਏ ਫਿਰ ਬੇਬੇ? ਤਰਸ ਤਾਂ ਉਹਦੇ ਮੈਨੂੰ ਵੀ ਆ ਗਿਆ ਤੀ ਪੁੱਤ, ਇੱਕ ਜਦੋਂ ਉਹ ਕਹਿੰਦੀ ਤੇਰੇ ਪੁੱਤ ਦਾ ਘਰ ਪੱਟਿਆ ਜਾਊਗਾ,
मैनू तो सोच जी लग गई, मैं तो उन्होंने ओदी माफ़ कर लगी थी, तू तोड़ता उन्हू। असल च कसूर तो पुत सारा मेरे ही थी, मैं उन्होंने बद घट बोली गई, वह तो मेरे नाल गल करती थी, मेरे तो गुस्से च बद घट बोलिया गया उन्हू। फिर उन्हू गुस्सा आ गया, पहला तो मेरे नाल प्यार नाल ही गल करती थी, फिर वह आ काम कर गई। तेनू पता है फिर पुलिस वालों का सुभा कहा जा हुंदा है। चल खसमा नू खावे पुत, जेड़ा कुछ हो गया हो गया, हुण आपां उन्हू माफ कर दिए पुत, आ जाण दे उन्हू घरे। चल ठीक है फिर बेबे, मैं ले आउना उन्हू। हाँ लिया पुत। चल भाई यार, तेरा बहुत बहुत धन्यवाद जेड़ा तू मेरी भैन नू माफ करता। हाँ वो तो करना ही पैना थी भाई। गल तो थोड़ी सही है भाई, जब बंदा पैर ही फड़ ले। सुखपाल ने सानू सारा कुछ दसता, कहनी मैं तेरे बाई दे खेत जाके बहुत मेहनत करियाँ, नाले पैर फड़े उन्होंने बहुत, कहनी मेहनत करी उन्होंने मैं, ता ही मैं ढल गया भैने, ता ही ढल गया मैं, गुस्सा तो नहीं बहुत सी मैनू। चलो वधिया गल है भाई, भुल जाओ हुण सारा कुछ जेड़ा कुछ हो गया, हुण माफ कर दो इहनू। बस हुण तो भुल ही बैठे हैं भैने, भुल ही बैठे हुण तो भुल गए जमा। चल बहुत वधिया गल है भाई। होर भाई यार वधिया हो गया, इतना होर वधिया हो गया, होर चलिए फिर सुखपाल। चलो ना ना बह जाओ भाई, रोटी तैयार कर दी, मैं रोटी खा के जायो। होर दो मिनट लगनगे। होर ना ना चाह पी ली, रोटी दी है ही नहीं, भुखी नहीं हैगी जमी, देख ले खा लंदे। मैं तो कहना दो और एक रोटी खा जांदे, कुछ नहीं। ना ना हैं ना, लोड ही नहीं, जमी नहीं कैपेसिटी हैगी रोटी दी। होर चल मर्जी है, हां चलिए फिर। चलो मैं बैग लेउनी अपने, खड़ दे चक ले अपने कपड़े। चल कोई गल नहीं पुत, मैं तो सारिया गल भुल गई। ठीक है बेबे, मैं भी इदू मुड़ के कोई गलती नहीं करती। कोई गल नहीं पुत। ऊ सुखपाल मैं तेन गल दसा एक, तेरे घोटे ने मेरा फायदा भी बहुत करता। पहला मेरिया बालियां लत्तां दुखदिया होंदिया, उदों मेरिया तत्ते कहो तो लत्तां दुखियां दो दिन, हुण तो जमी नहीं दुखदियां, जमी दुखणों हट गईयां। अच्छा बेबे, ये तो बहुत वधिया हो गया, कोई गल नहीं फिर कदे कर लांगे ट्राई। की कहा बहिंदी चुप करके? बेबे मैं तो हसदी हाँ। मैं घरे नहीं थी, मैंने सुनेहा मिल गया थी, कहते मम्मी आई थी। हाँ भैने गई सी मैं, असी तेरा धन्यवाद करना चाहते सी। धन्यवाद? धन्यवाद केड़ी गलो? भाभी असी तेरा धन्यवाद करना चाहते सी, तो मैनू सुधारता तू है, नाले मैं आपकी दारू छड गया, वधिया उन्हें खेतीबाड़ी करन लग गया, नाले मेरी कबीलदारी भी ठीक हो गई। बाकी साढ़े जो क्रेस वाला रहिंदा सी वह भी हुण जमा खत्म हो गया, लैना देना मैं वह भी लाता, हुण साडी बनती भी बहुत आ दोनों की। चले तो बहुत वधिया गल है भाई, तू ही सुधारिया मैनू भाभी। चल कोई ना ये तो मेरा फर्ज थी। बैठो बैठो भैन, मैं चाह बना के लियानी है। ना ना पम्मी भैने, चाह तो मैं थोड़े घर कदे फेर पीऊंगी, अज मैं थकी बहुत हाँ, घंटा कड़ी मैं आराम भी करने जाके। अच्छा चाह तो टाइम लगता सी बना लेंदे। ना ना भाई, मैंने सोनू मिलके खुशी बहुत हुई, जेड़ा तेरी जिंदगी जेड़ा बड़ा सुधार आ गया। बस मैं तो सोनू इन्नी कहना चाहनी हाँ, दोनों जी रल मिल के रहा करो भाई। ठीक है भैने ठीक है, कदे फेर जरूर आयो। चंगा जरूर मारूंगी गेड़ा, कोई गल नहीं। शराब पीनो भी हट गया, धन्यवाद करना ती तेरा। अच्छा चल ये हाँ। बहुत वधिया हो गया फिर। होर बड़ा वधिया हो गया, तां जिहड़ा घर दा सुधार हो गया ना इहदा। मैं तेरा भी धन्यवाद करना सच। मेरा कादा धन्यवाद? जदों मैं तेरे कोले खेत गई थी, तेरे पैरिंग हथ ला के मैं मिन्नत करियां थी तेरिया, तू मेरे ते तरस करके गल मान ली थी ओदा। मैं तेनू कहा थी भी किसी कोले गल नहीं करनी, तू बेफिक्र हो जा, मैं नहीं गल करती किसी कोले। मैं गल करी नहीं है किसी कोले। ना ना मैं भी नहीं करती किसी कोले।
जसा से आ जा बैठ के गड्डी च। किवें भाई जी की हो गया किथे? बैठ तेनू दस दे आ। मेरा ट्रैक्टर खड़ा है उरे। कोई ना बैठ बैठ। आ घर की दे सो पहले मैनू इत्थे क्यों लेके आए हो? ये घर थानेदार नहीं कश्मीर कौर दा है। इत्थे तैनू तां लेके आया। एक मिनट खड़। आ की करन लगी है सो पहले? तू मैनू ऐ दस, मैनू घरे लेके जाना है तू घोटा लगाउणा है? मैं कदों ना करी है, तेरा घर है, जो मर्जी आ जी, मैं ही आ जाऊं लेना, मैं ही आ जाऊं। फिर ठीक है, छन्ने भाई छड्डिया ओए नू खेत। आ जा भी आ जा। चल कोई गल नहीं, मिन्नता तय करियां कि मैं करियां, एको ही गल है, मैं तो फिर आपका घर बसाउणा ती, मैंने तो यह तरीका अपना पाया। चल कोई गल नहीं, गल ना करी कहा किसी को? ना ना गल नहीं कर दी मैं, पढ़ता रख ली। हाँ हाँ पढ़ती रखू तो। हाँ चाह बना के ले मैं थोड़ी थोड़ी। बना ले। हाँ जी सत श्रीकाल, सलाम दाब, नमस्कार, तुम जुड़े हो पेंडू विरसा के नाल। हूँ बारी है तुहाडी कमेंट करन वालें दी। जसदेव शर्मा मानसा, अभी शर्मा मानसा, जगवंत सिंह देओल, पोता गुणताज सिंह देओल, ब्रह्मपुर जिला लुधियाना, दिवम मानसा, सरबजीत कौर ढिल्लों, कुलवंत सिंह अठवाल, जगसीर सिंह पक्का बठिंडा, अमनदीप कौर, हरमनदीप कौर रणिके, मनदीप सिंह वालियाली, मलकीत सिंह एंड फैमिली अंबरसर, कुसुम जोशी, बलदेव सिंह मेलबोर्न आस्ट्रेलिया, राणी शकूर, सुखविंदर कौर पिंदर धनौला, बलजिंदर सिंह टंगराली, मीना शर्मा मंडी गोविंदगढ़, मास्टर मल सिंह वीरोके, अंग्रेज कौर तलवंडी साबू, हरदेव सिंह धालीवाल, ਮਰੀਕ ਸਿੰਘ ਮੰਡੇਰ ਨੇ ਭੁੰਦੜਵਾਸ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਵੀਡੀਓ ਵਧੀਆ ਤੋਂ ਵਧੀਆ ਆ ਰਹੀਆਂ ਨੇ, ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਹਰਬਾਨੀ ਜੀ, ਰੱਬ ਰਾਖਾ।